पन्ना नंबर 95, नंबर 7, शिव कुमार, नंबर 1, मेरे गीतां दे नैणा विच। प्रश्न नंबर 1, हेठ लिखे काव्य टोटे दी प्रसंग दस के व्याख्या करो। ऊड़ा, माए नी माए मेरे गीतां दे नैणा विच, बिरहों दी रड़क पवे अद्धी अद्धी राती, उठ रोण मोए मित्रां नू, माए सानू नींद ना पवे। ਭੈ ਭੈ ਸੁਗੰਧੀਆਂ ਚ ਬੰਨਾ ਫੇਹੇ ਚਾਨਣੀ ਦੇ, ਤਾਂ ਵੀ ਸਾਡੀ ਪੀੜ ਨਾ ਸਵੇ। ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮਾਏ, ਸਗੋਂ ਸਾਨੂੰ ਖਾਣ ਨੂੰ ਪਵੇ। ਉੱਤਰ ਪ੍ਰਸੰਗ, ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਮੇਰੇ ਗੀਤਾਂ ਦੇ ਨੈਣਾ ਵਿਚੋਂ ਲਿਆ ਗਿਆ ਹੈ। ਇਸ ਗੀਤ ਵਿਚ ਕਵੀ ਨੇ ਅਸਫਲ ਪ੍ਰੇਮ ਤੋਂ ਪੈਦਾ ਹੋਏ ਬਿਰਹੋਂ ਦੇ ਤੀਬਰ ਭਾਵਾਂ ਨੂੰ ਅੰਕਿਤ ਕੀਤਾ ਹੈ। ਵਿਆਖਿਆ, ਕਵੀ ਬਿਰਹਣ ਇਸਤਰੀ ਦੇ ਰੂਪ ਵਿਚ ਕਹਿੰਦਾ ਹੈ ਕਿ ਹੇ ਮੇਰੀਏ ਮਾਏ, ਮੇਰੇ ਗੀਤਾਂ ਦੇ ਨੈਣਾ ਵਿਚ ਬਿਰਹੋਂ ਦੀ ਰੜਕ ਪੈ ਰਹੀ ਹੈ, ਭਾਵ ਉਨ੍ਹਾਂ ਵਿਚ ਵਿਛੋੜੇ ਦਾ ਦੁੱਖ ਚੁਭ ਰਿਹਾ ਹੈ। ਇਹ ਅੱਧੀ ਰਾਤ ਨੂੰ ਉੱਠ ਕੇ ਮੋਏ ਮਿੱਤਰਾਂ ਨੂੰ ਯਾਦ ਕਰ ਕਰਕੇ ਰੋਂਦੇ ਹਨ, ਇਸ ਕਰਕੇ ਸਾਨੂੰ ਨੀਂਦ ਨਹੀਂ ਆਉਂਦੀ। ਮੈਂ ਇਨ੍ਹਾਂ ਉਪਰ ਖੁਸ਼ਬੂਆਂ ਵਿਚ ਭਿਉਂ ਭਿਉਂ ਕੇ ਚਾਨਣੀ ਦੇ ਫਾਹੇ ਬੰਨਦੀ ਹਾਂ, ਪਰ ਤਾਂ ਵੀ ਸਾਡੀ ਪੀੜ ਨਹੀਂ ਸੌਂਦੀ। ਮਾਏ, ਮੈਂ ਇਨ੍ਹਾਂ ਉੱਪਰ ਕੋਸੇ ਕੋਸੇ ਸਾਹਾਂ ਦੀ ਟਕੋਰ ਕਰਦੀ ਹਾਂ, ਪਰ ਇਨ੍ਹਾਂ ਦੀ ਪੀੜ ਸਾਨੂੰ ਖਾਣ ਨੂੰ ਪੈਂਦੀ ਹੈ। ਪ੍ਰਸ਼ਨ ਨੰਬਰ 2, ਹੇਠਾਂ ਲਿਖੀ ਕਾਵਿ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਐੜਾ, ਆਪੇ ਨੀ ਮੈਂ ਬਾਲੜੀ, ਮੈਂ ਹਾਲੇ ਆਪ ਮੱਤਾਂ ਜੋਗੀ, ਮਤ ਕਿਹੜਾ ਇਸ ਨੂੰ ਦਵੇ। ਆਖ ਸੁਣੀ ਮਾਏ ਇਨੂੰ, ਰੋਵੇ ਬੁੱਲ ਚਿੱਥ ਕੇ ਨਾ, ਜੱਗ ਕਿਤੇ ਸੁਣ ਨਾ ਲਵੇ। ਰਿਪੀਟ, ਆਖ ਸੁਣੀ ਮਾਏ ਇਨੂੰ, ਰੋਵੇ ਬੁੱਲ ਚਿੱਥ ਕੇ ਨੀ, ਜੱਗ ਕਿਤੇ ਸੁਣ ਨਾ ਲਵੇ। ਆਖ ਸੂਹੀ ਖਾ ਲਏ ਟੁੱਕ, ਹਿਜਰਾਂ ਦਾ ਪੱਕਿਆ, ਲੇਖਾਂ ਦੇ ਨੀ ਪੁੱਠੜੇ ਤਵੇ। ਚੱਟ ਲਏ ਤਰੇਲ ਲੂਣੀ, ਗਮਾਂ ਦੇ ਗੁਲਾਬ ਤੋਂ ਨੀ, ਕਾਲਜੇ ਨੂੰ ਹੌਸਲਾ ਰਵੇ। ਪੰਨਾ ਨੰਬਰ 96, ਉੱਤਰ ਪ੍ਰਸੰਗ, ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਮੇਰੇ ਗੀਤਾਂ ਦੇ ਨੈਣਾ ਵਿਚੋਂ ਲਿਆ ਗਿਆ ਹੈ। ਇਸ ਗੀਤ ਵਿਚ ਕਵੀ ਨੇ ਅਸਫਲ ਪ੍ਰੇਮ ਤੋਂ ਪੈਦਾ ਹੋਏ ਬਿਰਹੋਂ ਦੇ ਤੀਬਰ ਭਾਵਾਂ ਨੂੰ ਅੰਕਿਤ ਕੀਤਾ ਹੈ। ਵਿਆਖਿਆ, ਕਵੀ ਬਿਰਹਣ ਇਸਤਰੀ ਦੇ ਰੂਪ ਵਿਚ ਕਹਿੰਦਾ ਹੈ ਕਿ ਹੇ ਮੇਰੀਏ ਮਾਏ, ਮੈਂ ਤਾਂ ਆਪ ਬਾਲੜੀ ਹਾਂ ਤੇ ਆਪ ਹੀ ਮੱਤਾਂ ਲੈਣ ਜੋਗੀ ਹਾਂ। ਇਸ ਪੀੜ ਨੂੰ ਕਿਹੜਾ ਮਤ ਦਵੇ ਕਿ ਇਹ ਇਸ ਤਰ੍ਹਾਂ ਮੈਨੂੰ ਦੁੱਖ ਨਾ ਦਵੇ। ਮਾਏ ਇਸ ਨੂੰ ਆਖ ਕੇ ਇਹ ਬੁੱਲ ਚਿੱਥ ਕੇ ਭਾਵ ਮੂੰਹ ਘੁੱਟ ਕੇ ਹੌਲੀ ਹੌਲੀ ਰੋਵੇ, ਤਾਂ ਜੋ ਦੁਨੀਆਂ ਕਿਤੇ ਆਵਾਜ਼ ਨਾ ਸੁਣ ਲਵੇ। ਮਾਏ ਇਸ ਨੂੰ ਕਹਿ ਕੇ ਕਿਸਮਤ ਦੇ ਪੁੱਠੇ ਤਵੇ ਉੱਤੇ ਪੱਕੀ ਹੋਈ ਹਿਜਰਾਂ ਦੀ ਰੋਟੀ ਖਾ ਲਵੇ ਤੇ ਸਬਰ ਕਰ ਲਵੇ। ਇਹ ਗਮਾਂ ਦੀ ਗੁਲਾਬ ਤੋਂ ਲੂਣੀ ਤਰੇਲ ਚੱਟ ਲਵੇ, ਤਾਂ ਜੋ ਇਹਦੇ ਕਾਲਜੇ ਨੂੰ ਹੌਸਲਾ ਰਵੇ। ਪ੍ਰਸ਼ਨ ਨੰਬਰ 3, ਹੇਠਾਂ ਲਿਖੀ ਕਾਵਿ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਈੜੀ, ਕਿਹੜਿਆਂ ਸਪੇਰਿਆਂ ਤੋਂ ਮੰਗਾਂ ਕੁੰਜ ਮੇਲ ਦੀ ਮੈਂ, ਮੇਲ ਦੀ ਕੋਈ ਕੁੰਜ ਨਾ ਦਵੇ। ਕਿਹੜਾ ਇਨ੍ਹਾਂ ਦਮਾਂ ਦਿਆਂ ਲੋਭੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਗੀਆਂ ਰਵੇ। ਉੱਤਰ ਪ੍ਰਸੰਗ, ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਮੇਰੇ ਗੀਤਾਂ ਦੇ ਨੈਣਾ ਵਿਚੋਂ ਲਿਆ ਗਿਆ ਹੈ। ਇਸ ਗੀਤ ਵਿਚ ਕਵੀ ਨੇ ਅਸਫਲ ਪ੍ਰੇਮ ਤੋਂ ਪੈਦਾ ਹੋਏ ਬਿਰਹੋਂ ਦੇ ਤੀਬਰ ਭਾਵਾਂ ਨੂੰ ਅੰਕਿਤ ਕੀਤਾ ਹੈ। ਵਿਆਖਿਆ, ਕਵੀ ਕਹਿੰਦਾ ਹੈ ਕਿ ਹੇ ਮੇਰੀਏ ਮਾਏ, ਮੇਰੇ ਗੀਤਾਂ ਦੇ ਨੈਣਾ ਵਿਚੋਂ ਬਿਰਹੋਂ ਦੀ ਰੜਕ ਪੈ ਰਹੀ ਹੈ। ਮੈਂ ਕਿਹੜੀਆਂ ਸਪੇਰਿਆਂ ਤੋਂ ਮੇਲ ਦੀ ਕੁੰਜ ਮੰਗਾ, ਕੋਈ ਮੇਲ ਦੀ ਕੁੰਜ ਨਹੀਂ ਦਿੰਦਾ, ਇਸੇ ਕਰਕੇ ਮੇਰਾ ਆਪਣੇ ਪਿਆਰੇ ਨਾਲ ਮੇਲ ਸੰਭਵ ਨਹੀਂ। ਮੈਂ ਇਨ੍ਹਾਂ ਪੈਸਿਆਂ ਦੇ ਲੋਭੀਆਂ ਦੇ ਦਰਾਂ ਉੱਤੇ ਮੰਗਣ ਵਾਲੇ ਜੋਗੀਆਂ ਵਾਂਗ ਖੜਾ ਨਹੀਂ ਰਹਿ ਸਕਦਾ। ਇੱਥੇ ਤਾਂ ਪੈਸੇ ਵਾਲਾ ਧਨੀ ਹੀ ਮਨ ਚਾਹਿਆ ਪਿਆਰ ਪ੍ਰਾਪਤ ਕਰ ਸਕਦਾ ਹੈ। ਪੰਨਾ ਨੰਬਰ 97, ਪ੍ਰਸ਼ਨ ਨੰਬਰ 4, ਹੇਠ ਲਿਖੀ ਕਾਵਿ ਟੋਟੇ ਦੀ ਪ੍ਰਸੰਗ ਸਿਹਤ ਵਿਆਖਿਆ ਕਰੋ। ਸੱਸਾ, ਪੀੜੇ ਨੀ ਪੀੜੇ ਇਹ ਪਿਆਰ ਐਸੀ ਤਿਤਲੀ ਹੈ ਜਿਹੜੀ ਸਦਾ ਸੂਲ ਤੇ ਬਵੇ। ਪਿਆਰ ਐਸਾ ਭੌਰ ਹੈ ਨੀ ਜਿਹਦੇ ਕੋਲੋਂ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਵੇ। ਪਿਆਰ ਉਹ ਮਹੱਲ ਹੈ ਨੀ ਜਿਹਦੇ ਚ ਪੰਖੇਰੂਆਂ ਦੇ ਬਾਜ ਕੁਝ ਹੋਰ ਨਾ ਰਵੇ। ਪਿਆਰ ਐਸਾ ਆਂਗਣਾ ਹੈ ਜਿਹਦੇ ਚ ਨੀ ਵਸਲਾਂ ਦਾ ਰੱਤੜਾ ਨਾ ਪਲੰਘ ਡਵੇ। ਉੱਤਰ ਪ੍ਰਸੰਗ, ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਹੋਏ ਗੀਤ ਮੇਰੇ ਗੀਤਾਂ ਦੇ ਨੈਣਾ ਵਿਚੋਂ ਲਿਆ ਗਿਆ ਹੈ। ਇਸ ਗੀਤ ਵਿਚ ਕਵੀ ਨੇ ਅਸਫਲ ਪ੍ਰੇਮ ਤੋਂ ਪੈਦਾ ਹੋਏ ਦਰਦ ਭਰੇ ਭਾਵਾਂ ਨੂੰ ਬਿਆਨ ਕੀਤਾ ਹੈ।
ਇਹਨਾਂ ਸਤਰਾਂ ਵਿੱਚ ਕਵੀ ਪੀੜ ਨੂੰ ਸੰਬੋਧਨ ਕਰਕੇ ਪ੍ਰੇਮੀਆਂ ਦੇ ਦੁਖੜੇ ਦੱਸਦਾ ਹੈ। ਵਿਆਖਿਆ: ਕਵੀ ਪੀੜ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਪਿਆਰ ਅਜਿਹੀ ਤਿਤਲੀ ਹੈ ਜਿਹੜੀ ਫੁੱਲ ਤੇ ਨਹੀਂ ਸਗੋਂ ਸੂਲ ਤੇ ਬੈਠਦੀ ਹੈ। ਪਿਆਰ ਅਜਿਹਾ ਭੌਰਾ ਹੈ ਜਿਸ ਕੋਲੋਂ ਖੁਸ਼ਬੂ ਕੋਹਾਂ ਦੂਰ ਰਹਿੰਦੀ ਹੈ। ਪਿਆਰ ਅਜਿਹਾ ਮਹੱਲ ਹੈ ਜਿਸ ਵਿਚ ਪੰਛੀਆਂ ਤੋਂ ਬਿਨਾਂ ਹੋਰ ਕੋਈ ਨਹੀਂ ਵਸਦਾ। ਪਿਆਰ ਅਜਿਹਾ ਵਿਹੜਾ ਹੈ ਜਿੱਥੇ ਮਿਲਾਪ ਦਾ ਲਾਲ ਪਲੰਘ ਕਦੇ ਵੀ ਨਹੀਂ ਡਹਿੰਦਾ। ਇਨ੍ਹਾਂ ਸਾਰੇ ਭਾਵਾਂ ਦਾ ਮੂਲ ਇਹੋ ਹੈ ਕਿ ਪ੍ਰੇਮੀਆਂ ਦੇ ਹਿੱਸੇ ਖੁਸ਼ੀਆਂ ਨਹੀਂ ਸਗੋਂ ਗਮ ਹੀ ਆਉਂਦੇ ਹਨ। ਦੁੱਖ ਉਨ੍ਹਾਂ ਦੇ ਸਾਥੀ ਹੁੰਦੇ ਹਨ ਤੇ ਸੁੱਖ ਉਨ੍ਹਾਂ ਤੋਂ ਦੂਰ ਰਹਿੰਦੇ ਹਨ। ਪ੍ਰੇਮੀਆਂ ਦਾ ਜੀਵਨ ਉਜੜਿਆ ਪੁਜੜਿਆ ਹੁੰਦਾ ਹੈ ਤੇ ਉਨ੍ਹਾਂ ਦਾ ਮਿਲਾਪ ਕਦੇ ਵੀ ਨਹੀਂ ਹੁੰਦਾ, ਸਗੋਂ ਉਹ ਇਕ ਦੂਜੇ ਦੀ ਜੁਦਾਈ ਵਿਚ ਤੜਫਦੇ ਰਹਿੰਦੇ ਹਨ। ਪ੍ਰਸ਼ਨ ਨੰਬਰ 5 ਹੇਠ ਲਿਖੇ ਕਾਵਿ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਹਾਹਾ ਆਖ ਮਾਏ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਦੇ ਉੱਚੀ ਉੱਚੀ ਨਾ ਲਵੇ ਮਤੇ ਸਾਡੇ ਮੋਇਆਂ ਪਿੱਛੋਂ ਜੱਗ ਇਹ ਸ਼ਰੀਕੜਾ ਨੀ ਗੀਤਾਂ ਨੂੰ ਵੀ ਚੰਦਰਾ ਕਵੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ। ਪੰਨਾ ਨੰਬਰ 98 ਉੱਤਰ ਪ੍ਰਸੰਗ ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਮੇਰੇ ਗੀਤਾਂ ਦੇ ਨੈਣਾ ਵਿਚੋਂ ਲਿਆ ਗਿਆ ਹੈ। ਇਸ ਗੀਤ ਵਿਚ ਕਵੀ ਨੇ ਅਸਫਲ ਪ੍ਰੇਮ ਤੋਂ ਪੈਦਾ ਹੋਏ ਬਿਰਹੋਂ ਦੇ ਤੀਬਰ ਭਾਵਾਂ ਨੂੰ ਅੰਕਿਤ ਕੀਤਾ ਹੈ। ਇਨ੍ਹਾਂ ਸਤਰਾਂ ਵਿਚ ਕਵੀ ਪੀੜ ਨੂੰ ਸੰਬੋਧਨ ਕਰਕੇ ਪ੍ਰੇਮੀਆਂ ਦੇ ਦੁਖੜੇ ਦੱਸਦਾ ਹੈ। ਵਿਆਖਿਆ ਕਵੀ ਬਿਰਹਣ ਇਸਤਰੀ ਦੇ ਰੂਪ ਵਿਚ ਕਹਿੰਦਾ ਹੈ ਕਿ ਹੇ ਮੇਰੀਏ ਮਾਏ ਤੂੰ ਇਸ ਪੀੜ ਨੂੰ ਆਖ ਕਿ ਉਹ ਅੱਧੀ ਰਾਤ ਨੂੰ ਮੋਏ ਮਿੱਤਰਾਂ ਦਾ ਨਾਂ ਲੈ ਕੇ ਉੱਚੀ ਉੱਚੀ ਨਾ ਰੋਵੇ ਕਿਧਰੇ ਇਹ ਨਾ ਹੋਵੇ ਕਿ ਸਾਡੇ ਮਰਨ ਮਗਰੋਂ ਇਹ ਦੁਸ਼ਮਣ ਸੰਸਾਰ ਸਾਡੇ ਗੀਤਾਂ ਨੂੰ ਚੰਦਰੇ ਕਹਿਣ ਲੱਗ ਪਵੇ ਹੇ ਮੇਰੀਏ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪੈ ਰਹੀ ਹੈ ਇਹ ਅੱਧੀ ਰਾਤ ਨੂੰ ਉੱਠ ਕੇ ਮੋਏ ਮਿੱਤਰਾਂ ਨੂੰ ਯਾਦ ਕਰਕੇ ਰੋਂਦੇ ਤੇ ਸਾਨੂੰ ਤੜਫਦਿਆਂ ਨੂੰ ਨੀਂਦ ਨਹੀਂ ਆਉਂਦੀ। ਪ੍ਰਸ਼ਨ ਨੰਬਰ 6 ਮੇਰੇ ਗੀਤਾਂ ਦੇ ਨੈਣਾ ਕਵਿਤਾ ਦਾ ਵਿਸ਼ਾ ਵਸਤੂ ਤੇ ਕੇਂਦਰੀ ਭਾਵ ਲਿਖੋ। ਉੱਤਰ ਮੇਰੇ ਗੀਤਾਂ ਦੇ ਨੈਣਾ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ। ਇਸ ਵਿਚ ਕਵੀ ਨੇ ਆਪਣੀ ਮਾਂ ਨੂੰ ਸੰਬੋਧਨ ਕਰਕੇ ਆਪਣੀ ਬਿਰਹੋਂ ਦੀ ਪੀੜ ਨੂੰ ਪੇਸ਼ ਕੀਤਾ ਹੈ। ਕਵੀ ਦੀ ਇਹ ਪੀੜ ਸਰੀਰਕ ਵੀ ਹੈ ਤੇ ਮਾਨਸਿਕ ਵੀ। ਬਾਹਰਲੀ ਪ੍ਰਕਿਰਤੀ ਵਿਚਲਾ ਸੁਖਦਾਈ ਵਾਤਾਵਰਣ ਉਸ ਦੀ ਪੀੜ ਨੂੰ ਘਟਾਉਂਦਾ ਨਹੀਂ ਸਗੋਂ ਵਧਾਉਂਦਾ ਹੈ। ਕਵੀ ਬਿਰਹਣ ਇਸਤਰੀ ਦੇ ਰੂਪ ਵਿਚ ਆਪਣੀ ਮਾਂ ਨੂੰ ਆਪਣਾ ਦੁੱਖ ਦੱਸਦਾ ਹੋਇਆ ਕਹਿੰਦਾ ਹੈ ਕਿ ਉਸ ਦੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪੈ ਰਹੀ ਹੈ ਇਹ ਅੱਧੀ ਰਾਤ ਨੂੰ ਉੱਠ ਕੇ ਮੋਏ ਮਿੱਤਰਾਂ ਨੂੰ ਯਾਦ ਕਰਦੇ ਹਨ ਜਿਸ ਕਰਕੇ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਮੈਂ ਇਨ੍ਹਾਂ ਤੜਫਦੇ ਨੈਣਾਂ ਉਪਰ ਚਾਨਣੀ ਦੇ ਫਹੇ ਖੁਸ਼ਬੂਆਂ ਵਿਚ ਭਿਉਂ ਭਿਉਂ ਕੇ ਬੰਨਦੀ ਹਾਂ ਤੇ ਕੋਸੇ ਸਾਹਾਂ ਦੀ ਟਕੋਰ ਕਰਦੀ ਹਾਂ ਪਰ ਇਨ੍ਹਾਂ ਦੀ ਪੀੜ ਘਟਦੀ ਨਹੀਂ ਮੈਂ ਆਪ ਦਾ ਅਜੇ ਨਿਆਣੀ ਹਾਂ ਤੇ ਹੋਰਨਾਂ ਕੋਲੋਂ ਮਤਾਂ ਲੈਣ ਜੋਗੀ ਹਾਂ ਕੌਣ ਮੇਰੀ ਇਸ ਪੀੜ ਨੂੰ ਹੌਸਲਾ ਕਰਨ ਦੀ ਮਤ ਦੇਵੇ ਹੇ ਮਾਏ ਤੂੰ ਇਸ ਨੂੰ ਜ਼ਰਾ ਮੂੰਹ ਘੁੱਟ ਕੇ ਰੋਣ ਲਈ ਕਹਿ ਤਾਂ ਜੋ ਦੁਨੀਆਂ ਕਿਤੇ ਇਸ ਨੂੰ ਸੁਣ ਨਾ ਲਵੇ ਤੂੰ ਇਸ ਨੂੰ ਦੱਸ ਕਿ ਤੇਰੀ ਕਿਸਮਤ ਹੀ ਮਾੜੀ ਹੈ ਸ਼ਾਇਦ ਇਸ ਤੱਥ ਨੂੰ ਜਾਣ ਕੇ ਹੀ ਇਹ ਹੌਸਲਾ ਕਰ ਲਵੇ ਮੈਨੂੰ ਆਪਣੇ ਮਿੱਤਰਾਂ ਨਾਲ ਮਿਲਾਪ ਦੀ ਕੋਈ ਆਸ ਨਹੀਂ ਕੋਈ ਸਪੇਰਾ ਮੈਨੂੰ ਮੇਲ ਦੀ ਕੁੰਜ ਨਹੀਂ ਦਿੰਦਾ। ਕਵੀ ਪੀੜ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਪਿਆਰ ਇਕ ਅਜਿਹੀ ਤਿਤਲੀ ਹੈ ਜਿਹੜੀ ਸਦਾ ਸੂਲ ਤੇ ਬੈਠਦੀ ਹੈ ਜਾਂ ਇਹ ਅਜਿਹਾ ਭੌਰਾ ਹੈ ਜਿਸ ਤੋਂ ਖੁਸ਼ਬੂ ਲੱਖਾਂ ਕੋਹਾਂ ਦੂਰ ਰਹਿੰਦੀ ਹੈ ਜਾਂ ਇਹ ਅਜਿਹਾ ਉਜੜਿਆ ਮਹੱਲ ਹੈ ਜਿਸ ਵਿਚ ਮਿਲਾਪ ਦਾ ਲਾਲ ਪਲੰਘ ਨਹੀਂ ਰਹਿੰਦਾ। ਇਸ ਪ੍ਰਕਾਰ ਪ੍ਰੇਮੀਆਂ ਦੇ ਪੱਲੇ ਸਿਵਾਏ ਬਿਰਹੋਂ ਦੇ ਦੁੱਖ ਤੋਂ ਹੋਰ ਕੁਝ ਨਹੀਂ ਪੈਂਦਾ। ਇਸ ਕਰਕੇ ਹੇ ਮਾਂ ਤੂੰ ਮੇਰੀ ਪੀੜ ਨੂੰ ਮਤ ਦੇ ਕੇ ਕਿ ਉਹ ਉੱਚੀ ਉੱਚੀ ਨਾ ਰੋਵੇ ਕਿਤੇ ਇਹ ਨਾ ਹੋਵੇ ਕਿ ਦੁਨੀਆਂ ਮੇਰੇ ਮਰਨ ਮਗਰੋਂ ਮੇਰੇ ਗੀਤਾਂ ਨੂੰ ਹੀ ਚੰਦਰੇ ਕਹਿਣ ਲੱਗ ਪਏ। ਹੇ ਮਾਂ ਮੈਨੂੰ ਆਪਣੇ ਸੱਜਣਾਂ ਦੇ ਵਿਛੋੜੇ ਦੀ ਪੀੜ ਕਾਰਨ ਨੀਂਦ ਨਹੀਂ ਆਉਂਦੀ। ਪੰਨਾ ਨੰਬਰ 99 ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1 ਮੇਰੇ ਗੀਤਾਂ ਦੇ ਨੈਣਾ ਕਵਿਤਾ ਦਾ ਕੇਂਦਰੀ ਭਾਵ ਲਿਖੋ। ਉੱਤਰ ਆਪਣੇ ਪ੍ਰੇਮੀ ਤੋਂ ਬਿਰਵੀ ਹੋਈ ਪ੍ਰੇਮਿਕਾ ਹਰ ਸਮੇਂ ਬਿਰਹੋਂ ਦੀ ਪੀੜ ਵਿਚ ਤੜਫਦੀ ਹੋਈ ਦੁੱਖ ਸਹਿੰਦੀ ਹੈ। ਉਸ ਦੀ ਇਹ ਪੀੜ ਕਿਸੇ ਹਿੱਲੇ ਵੀ ਘਟਦੀ ਨਹੀਂ ਸਗੋਂ ਵਧਦੀ ਹੈ। ਪ੍ਰਸ਼ਨ ਨੰਬਰ 2 ਮੇਰੇ ਗੀਤਾਂ ਦੇ ਨੈਣਾ ਵਿਚ ਗੀਤ ਵਿਚ ਸਭਿਆਚਾਰਕ ਹਵਾਲੇ ਕਿਹੜੇ ਕਿਹੜੇ ਹਨ। ਉੱਤਰ ਇਸ ਗੀਤ ਵਿਚ ਫੇਹੇ ਬੰਨਣਾ ਕੋਸੇ ਸਾਹਾਂ ਦੀ ਟਕੋਰ ਕਰਨਾ ਟੁੱਕ ਤਵਾ ਤਰੇਲ ਸਪੇਰੇ ਕੁੰਜ ਯੋਗੀ ਤਿਤਲੀ ਸੂਲ ਵਸਲਾਂ ਦਾ ਪਲੰਘ ਮਹੱਲ ਸ਼ਰੀਕਾ ਚੰਦਰਾ ਆਦਿ ਸਭਿਆਚਾਰਕ ਹਵਾਲੇ ਹਨ। ਪ੍ਰਸ਼ਨ ਨੰਬਰ 3 ਬਿਰਹੋਂ ਦੀ ਰੜਕ ਕਵਿਤਾ ਦੀ ਸੁਰ ਕਿਹੋ ਜਿਹੀ ਹੈ। ਉੱਤਰ ਬਿਰਹਾ ਤੇ ਵਿਸ਼ਾਦ ਭਰੀ। ਪ੍ਰਸ਼ਨ ਨੰਬਰ 4 ਪਿਆਰ ਨੂੰ ਕਿਹੋ ਜਿਹੀ ਤਿਤਲੀ ਦੱਸਿਆ ਗਿਆ ਇਸ ਦਾ ਭਾਵ ਕੀ ਹੈ। ਉੱਤਰ
ਪਿਆਰ ਨੂੰ ਇਹੋ ਜਿਹੀ ਤਿਤਲੀ ਦੱਸਿਆ ਗਿਆ ਹੈ ਜੋ ਫੁੱਲਾਂ ਦੀ ਥਾਂ ਹਮੇਸ਼ਾ ਸੂਲ ਉੱਤੇ ਬਹਿੰਦੀ ਹੈ। ਇਸ ਦਾ ਭਾਵ ਹੈ ਕਿ ਪਿਆਰ ਦੇ ਰਾਹ ਉੱਤੇ ਤੁਰਨ ਵਾਲਿਆਂ ਨੂੰ ਦੁੱਖ ਭੋਗਣੇ ਪੈਂਦੇ ਹਨ। ਪ੍ਰਸ਼ਨ ਨੰਬਰ 5, ਪਿਆਰ ਨੂੰ ਕਿਹੋ ਜਿਹਾ ਭੌਰਾ ਦੱਸਿਆ ਗਿਆ ਹੈ? ਉੱਤਰ, ਪਿਆਰ ਨੂੰ ਅਜਿਹਾ ਭੌਰਾ ਦੱਸਿਆ ਗਿਆ ਹੈ ਜਿਸ ਤੋਂ ਖੁਸ਼ਬੂ ਹਜ਼ਾਰਾਂ ਕੋਹਾਂ ਦੂਰ ਰਹਿੰਦੀ ਹੈ। ਪ੍ਰਸ਼ਨ ਨੰਬਰ 6, ਪਿਆਰ ਨੂੰ ਕਿਹੋ ਜਿਹਾ ਮਹੱਲ ਦੱਸਿਆ ਗਿਆ ਹੈ? ਉੱਤਰ, ਪਿਆਰ ਨੂੰ ਇਹੋ ਜਿਹਾ ਮਹੱਲ ਦੱਸਿਆ ਗਿਆ ਹੈ ਜਿੱਥੇ ਕਦੀ ਪਿਆਰ ਦਾ ਲਾਲ ਪਲੰਘ ਨਹੀਂ ਡੈਂਦਾ ਤੇ ਪ੍ਰੇਮੀ ਇੱਕ ਦੂਜੇ ਦਾ ਪਿਆਰ ਮਾਨਣ ਤੋਂ ਵਾਂਝੇ ਰਹਿੰਦੇ ਹਨ। ਪ੍ਰਸ਼ਨ ਨੰਬਰ 7, ਜੱਗ ਪਿਆਰ ਕਰਨ ਵਾਲਿਆਂ ਨਾਲ ਕਿਹੋ ਜਿਹਾ ਸਲੂਕ ਕਰਦਾ ਹੈ? ਉੱਤਰ, ਸ਼ਰੀਕਾਂ ਵਾਲਾ। ਪ੍ਰਸ਼ਨ ਨੰਬਰ 8, ਮੇਰੇ ਗੀਤਾਂ ਦੇ ਨੈਣਾਂ ਵਿਚ ਗੀਤ ਕਿਸ ਕਵੀ ਦੀ ਰਚਨਾ ਹੈ? ਉੱਤਰ, ਸ਼ਿਵ ਕੁਮਾਰ। ਪੰਨਾ ਨੰਬਰ 100, ਨੰਬਰ 2, ਅਸਾਂ ਤਾਂ ਜੋਬਣ ਰੁੱਤੇ ਮਰਨਾ। ਪ੍ਰਸ਼ਨ ਨੰਬਰ 1, ਹੇਠਾਂ ਲਿਖੇ ਕਾਵਿ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਊੜਾ, ਅਸਾਂ ਤਾਂ ਜੋਬਣ ਰੁੱਤੇ ਮਰਨਾ, ਮੁੜ ਜਾਣਾ ਅਸਾਂ ਭਰੇ ਭਰਾਏ, ਹਿਜਰ ਤੇਰੇ ਦੀ ਕਰ ਪਰਕਰਮਾ, ਅਸਾਂ ਤਾਂ ਜੋਬਣ ਰੁੱਤੇ ਮਰਨਾ। ਜੋਬਣ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਣ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ, ਜਾਂ ਉਹ ਮਰਨ ਕਿ ਜਿਨ੍ਹਾਂ ਲਿਖਾਏ ਹਿਜ਼ਰ ਤੁਰੋਂ ਵਿਚ ਕਰਮਾ, ਹਿਜ਼ਰ ਤੁਹਾਡਾ ਅਸਾਂ ਮੁਬਾਰਕ, ਸਾਲ ਬਹਿਸ਼ਤੀ ਖੜਸਾ, ਅਸਾਂ ਤਾਂ ਜੋਬਣ ਰੁੱਤੇ ਮਰਨਾ। ਉੱਤਰ ਪ੍ਰਸੰਗ, ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਅਸਾਂ ਤਾਂ ਜੋਬਣ ਰੁੱਤੇ ਮਰਨਾ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਨੇ ਉਮਰ ਭਰ ਸ਼ਰਮ ਦਾ ਜੀਵਨ ਜਿਉਣ ਨਾਲੋਂ ਪਿਆਰੇ ਦਾ ਬਿਰਹਾ ਹੰਡਾਉਂਦਿਆਂ ਜਵਾਨੀ ਵਿਚ ਮਰਨ ਨੂੰ ਕਿਤੇ ਚੰਗਾ ਕਿਹਾ ਹੈ। ਇਨ੍ਹਾਂ ਸਤਰਾਂ ਵਿਚ ਕਵੀ ਦੱਸਦਾ ਹੈ ਕਿ ਜਵਾਨੀ ਵਿਚ ਕੌਣ ਮਰਦੇ ਹਨ। ਵਿਆਖਿਆ, ਕਵੀ ਕਹਿੰਦਾ ਹੈ ਕਿ ਅਸੀਂ ਤਾਂ ਜੋਬਣ ਰੁੱਤ ਵਿਚ ਮਰਨਾ ਹੈ ਤੇ ਅਸੀਂ ਭਰੇ ਭਰਾਏ ਹੀ ਇਥੋਂ ਚਲੇ ਜਾਣਾ ਹੈ। ਹੇ ਪਿਆਰੀ, ਅਸੀਂ ਤੇਰੇ ਵਿਛੋੜੇ ਦੀਆਂ ਪਰਿਕਰਮਾ ਕਰਦੇ ਹੋਏ ਜਵਾਨੀ ਦੀ ਰੁੱਤ ਵਿਚ ਹੀ ਮਰ ਜਾਣਾ ਹੈ। ਜਿਹੜਾ ਵੀ ਜਵਾਨੀ ਦੀ ਰੁੱਤ ਵਿਚ ਮਰਦਾ ਹੈ ਉਹ ਫੁੱਲ ਬਣਦਾ ਹੈ ਜਾਂ ਤਾਰਾ ਬਣਦਾ ਹੈ। ਜਵਾਨੀ ਦੀ ਰੁੱਤ ਵਿਚ ਤਾਂ ਆਸ਼ਕ ਮਰਦੇ ਹਨ ਜਾਂ ਕੋਈ ਕਰਮਾਂ ਵਾਲਾ ਮਰਦਾ ਹੈ, ਜਾਂ ਜਵਾਨੀ ਦੀ ਰੁੱਤ ਵਿਚ ਉਹ ਮਰਦੇ ਹਨ ਜਿਨ੍ਹਾਂ ਨੇ ਧੁਰੋਂ ਆਪਣੀ ਕਿਸਮਤ ਵਿਚ ਬਿਰਹਾ ਲਿਖਾਇਆ ਹੋਵੇ। ਹੇ ਪਿਆਰੀ, ਅਸੀਂ ਤਾਂ ਜਵਾਨੀ ਦੀ ਰੁੱਤ ਵਿਚ ਮਰਨਾ ਹੈ ਤੇ ਤੇਰੇ ਮੁਬਾਰਕ ਹਿਜਰ ਨੂੰ ਆਪਣੇ ਨਾਲ ਸਵਰਗ ਵਿਚ ਲੈ ਕੇ ਜਾਣਾ ਹੈ। ਪ੍ਰਸ਼ਨ ਨੰਬਰ 2, ਹੇਠਾਂ ਲਿਖੇ ਕਾਵਿ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਐਡਾ, ਸੱਜਣ ਜੀ, ਭਲਾ ਕਿਸ ਲਈ ਜੀਣਾ ਸਾਡੇ ਜਿਹਾ ਨਿਰਕਰਮਾ, ਸੂਤਕ ਰੁੱਤ ਤੋਂ ਜੋਬਣ ਰੁੱਤ ਤੱਕ ਜਿੰਨਾ ਹੰਡਾਈਆਂ ਸ਼ਰਮਾ, ਨਿਤ ਲੱਜਿਆਂ ਦੀਆਂ ਜੰਮਣ ਪੀੜਾਂ ਅਣਚਾਹਿਆ ਵੀ ਜਰਨਾ, ਨਿਤ ਕਿਸੇ ਦੇ ਵਿਚ ਫੁੱਲ ਬਣ ਖਿੜਨਾ, ਨਿਤ ਤਾਰਾ ਬਣ ਚੜਨਾ, ਅਸਾਂ ਤਾਂ ਜੋਬਣ ਰੁੱਤੇ ਮਰਨਾ। ਉੱਤਰ ਪ੍ਰਸੰਗ, ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਅਸਾਂ ਤਾਂ ਜੋਬਣ ਰੁੱਤੇ ਮਰਨਾ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਨੇ ਉਮਰ ਭਰ ਸ਼ਰਮ ਦਾ ਜੀਵਨ ਜਿਉਣ ਨਾਲੋਂ ਪਿਆਰੇ ਦਾ ਬਿਰਹਾ ਹਿੰਡਾਉਂਦਿਆਂ ਜਵਾਨੀ ਵਿਚ ਮਰਨ ਦੀ ਇੱਛਾ ਪ੍ਰਗਟ ਕੀਤੀ ਹੈ। ਇਨ੍ਹਾਂ ਸਤਰਾਂ ਵਿਚ ਕੁਝ ਅਜਿਹੇ ਹੀ ਭਾਵ ਅੰਕਿਤ ਹਨ। ਪੰਨਾ ਨੰਬਰ 101, ਵਿਆਖਿਆ, ਹੇ ਪਿਆਰੇ, ਸਾਡੇ ਵਰਗੇ ਨਿਕਰਮਾਂ ਦਾ ਵੀ ਕੋਈ ਜੀਣਾ ਹੈ। ਅਸੀਂ ਜਨਮ ਦੇ ਸਮੇਂ ਤੋਂ ਲੈ ਕੇ ਜਵਾਨੀ ਤੱਕ ਹਰ ਰੋਜ਼ ਸੰਗ ਸ਼ਰਮ ਵਿਚ ਜੀਵਨ ਗੁਜ਼ਾਰਦੇ ਹਾਂ। ਸਾਨੂੰ ਅਣਚਾਹੁੰਦਿਆਂ ਵੀ ਲੱਜਾ ਦੀਆਂ ਜੰਮਣ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਸੀਂ ਲੱਜਿਆ ਕਾਰਨ ਆਪਣੀਆਂ ਇੱਛਾਵਾਂ ਦੇ ਅਤ੍ਰਿਪਤ ਰਹਿਣ ਕਾਰਨ ਮਰੇ ਹੀ ਹੁੰਦੇ ਹਾਂ ਤੇ ਇਸ ਮੁਰਦਾ ਰੂਪ ਵਿਚ ਨਿਤ ਕਿਸੇ ਦੇਹ ਨੂੰ ਪਿਆਰ ਕਰਦੇ ਹੋਏ ਅਸੀਂ ਫੁੱਲ ਬਣ ਕੇ ਖਿੜਦੇ ਹਾਂ ਤੇ ਹਰ ਰੋਜ਼ ਤਾਰਾ ਬਣ ਕੇ ਚੜਦੇ ਹਾਂ। ਇਸ ਪ੍ਰਕਾਰ ਅਸੀਂ ਨਿਤ ਜੰਮਣ ਮਰਨ ਦੀ ਘੁੰਮਣ ਘੇਰੀ ਵਿਚ ਪਏ ਰਹਿੰਦੇ ਹਾਂ ਤੇ ਅਸੀਂ ਪਹਿਲਾਂ ਹੀ ਜਿਉਂਦਿਆਂ ਵਿਚ ਸ਼ਾਮਲ ਨਹੀਂ। ਇਸ ਕਰਕੇ ਅਸੀਂ ਤਾਂ ਜਵਾਨੀ ਦੀ ਰੁੱਤ ਵਿਚ ਹੀ ਮਰ ਜਾਣਾ ਹੈ। ਪ੍ਰਸ਼ਨ ਨੰਬਰ 3, ਹੇਠਾਂ ਲਿਖੇ ਕਾਵਿ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਈੜੀ, ਸੱਜਣ ਜੀ, ਪਏ ਸਭ ਜਗ ਤਾਈ ਗਰਭ ਜੂਨ ਵਿਚ ਮਰਨਾ, ਜੰਮਣੋਂ ਪਹਿਲਾਂ ਔਖ ਹੰਡਾਈਏ ਫਿਰ ਹੰਡਾਈਏ ਸ਼ਰਮਾ, ਮਰ ਕੇ ਕਰੀਏ ਇਕ ਦੂਜੇ ਦੀ ਮਿੱਟੀ ਦੀ ਪਰਕਰਮਾ, ਪਰ ਜੇ ਮਿੱਟੀ ਵੀ ਮਰ ਜਾਏ ਤਾਂ ਜਿਉ ਕੇ ਕੀ ਕਰਨਾ, ਅਸੀਂ ਤਾਂ ਜੋਬਣ ਰੁੱਤੇ ਮਰਨਾ, ਮੁੜ ਜਾਣਾ ਅਸਾਂ ਭਰੇ ਭਰਾਏ, ਹਿਜ਼ਰ ਤੇਰੇ ਦੀ ਕਰ ਪਰਕਰਮਾ, ਅਸਾਂ ਤਾਂ ਜੋਬਣ ਰੁੱਤੇ ਮਰਨਾ। ਉੱਤਰ ਪ੍ਰਸੰਗ, ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਅਸਾਂ ਤਾਂ ਜੋਬਣ ਰੁੱਤੇ ਮਰਨਾ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਨੇ ਉਮਰ ਭਰ ਸ਼ਰਮ ਦਾ ਜੀਵਨ ਜਿਉਣ ਨਾਲੋਂ ਪਿਆਰੇ ਦਾ ਬਿਰਹਾ ਹੰਡਾਉਂਦਿਆਂ ਜਵਾਨੀ ਵਿਚ ਮਰਨ ਨੂੰ ਕਿਤੇ ਚੰਗਾ ਕਿਹਾ ਹੈ। ਇਨ੍ਹਾਂ ਸਤਰਾਂ ਵਿਚ ਕਵੀ ਦੱਸਦਾ ਹੈ ਕਿ ਜਵਾਨੀ ਵਿਚ ਕੌਣ ਮਰਦੇ ਹਨ। ਵਿਆਖਿਆ, ਹੇ ਪਿਆਰੇ, ਇਥੇ ਤਾਂ ਸਾਰੀ ਦੁਨੀਆਂ ਨੂੰ ਹੀ ਗਰਭ ਜੂਨ ਵਿਚ ਮਰਨਾ ਪੈਂਦਾ ਹੈ।
ਇਸ ਕਰਕੇ ਅਸੀਂ ਜਨਮ ਤੋਂ ਪਹਿਲਾਂ ਮਰੇ ਹੋਣ ਕਰਕੇ ਔਖ ਵਿੱਚੋਂ ਲੰਘਦੇ ਹਾਂ ਤੇ ਫਿਰ ਇਸ ਦੁਨੀਆਂ ਵਿੱਚ ਜਨਮ ਤੋਂ ਲੈ ਕੇ ਅੰਤ ਤੱਕ ਸੰਗ ਸ਼ਰਮ ਭਰਿਆ ਜੀਵਨ ਗੁਜ਼ਾਰਦੇ ਹਾਂ। ਅਸੀਂ ਮੁਰਦਾ ਰੂਪ ਵਿੱਚ ਇੱਕ ਦੂਜੇ ਦੀ ਮਿੱਟੀ ਦੀਆਂ ਪਰਿਕਰਮਾ ਕਰਦੇ ਹਾਂ, ਪਰ ਜਦੋਂ ਸਾਡੇ ਸਰੀਰ ਰੂਪੀ ਮਿੱਟੀ ਵਿੱਚੋਂ ਅਣਖ ਹੀ ਮਰ ਜਾਵੇ ਤਾਂ ਫਿਰ ਜਿਉਣ ਦਾ ਕੀ ਲਾਭ। ਹੇ ਪਿਆਰੇ, ਇਸ ਕਰਕੇ ਅਸੀਂ ਤਾਂ ਜਵਾਨੀ ਦੀ ਰੁੱਤ ਵਿੱਚ ਹੀ ਮਰਨਾ ਹੈ, ਅਸੀਂ ਤਾਂ ਭਰੇ ਭਰਾਏ ਹੀ ਇੱਥੋਂ ਚਲੇ ਜਾਣਾ ਹੈ। ਅਸੀਂ ਤੇਰੇ ਹਿਜਰ ਦੀਆਂ ਪਰਿਕਰਮਾ ਕਰਦੇ ਹੋਏ ਜਵਾਨੀ ਦੀ ਉਮਰ ਵਿੱਚ ਹੀ ਮਰ ਜਾਣਾ ਹੈ। ਪ੍ਰਸ਼ਨ ਨੰਬਰ 4, ਅਸਾਂ ਤਾਂ ਜੋਬਣ ਰੁੱਤੇ ਮਰਨਾ, ਕਵਿਤਾ ਦਾ ਸਾਰ ਲਿਖੋ, ਪੀਯੂ 2015 ਜਾਂ ਅਸਾਂ ਤਾਂ ਜੋਬਣ ਰੁੱਤੇ ਮਰਨਾ ਕਵਿਤਾ ਦਾ ਵਿਸ਼ਾ ਵਸਤੂ ਕੀ ਹੈ, ਸਪਸ਼ਟ ਕਰੋ। ਉੱਤਰ, ਅਸਾਂ ਤਾਂ ਜੋਬਣ ਰੁੱਤੇ ਮਰਨਾ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿਚ ਕਵੀ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਸਾਡੇ ਲਈ ਸੰਗ ਸ਼ਰਮ ਭਰਿਆ ਤੇ ਅਣਖਹੀਣ ਜੀਵਨ ਜਿਉਣ ਦਾ ਥਾਂ ਪਿਆਰੇ ਦੇ ਵਿਛੋੜੇ ਦੀਆਂ ਪਰਿਕਰਮਾ ਕਰਦੇ ਹੋਏ ਜਵਾਨੀ ਵਿਚ ਹੀ ਮਰ ਜਾਣਾ ਕਿਤੇ ਚੰਗਾ ਹੈ। ਪੰਨਾ ਨੰਬਰ 102, ਆਪਣੀ ਪ੍ਰੇਮਿਕਾ ਨੂੰ ਸੰਬੋਧਨ ਕਰਦਾ ਹੋਇਆ ਕਵੀ ਕਹਿੰਦਾ ਹੈ ਕਿ ਅਸੀਂ ਤਾਂ ਜੋਬਣ ਰੁੱਤ ਵਿਚ ਮਰ ਜਾਣਾ ਹੈ ਤੇ ਅਸੀਂ ਭਰੇ ਭਰਾਏ ਹੀ ਇੱਥੋਂ ਚਲੇ ਜਾਣਾ ਹੈ। ਅਸੀਂ ਤੇਰੇ ਵਿਛੋੜੇ ਦੀਆਂ ਪਰਿਕਰਮਾ ਕਰਦੇ ਹੋਏ ਜਵਾਨੀ ਦੀ ਰੁੱਤ ਵਿਚ ਹੀ ਮਰ ਜਾਣਾ ਹੈ। ਜਿਹੜਾ ਵੀ ਜਵਾਨੀ ਦੀ ਰੁੱਤ ਵਿਚ ਮਰਦਾ ਹੈ ਉਹ ਫੁੱਲ ਬਣਦਾ ਹੈ ਤੇ ਜਾਂ ਤਾਰਾ ਬਣਦਾ ਹੈ। ਜਵਾਨੀ ਦੀ ਰੁੱਤ ਜਾਂ ਤਾਂ ਆਸ਼ਕ ਮਰਦੇ ਹਨ ਜਾਂ ਕੋਈ ਕਰਮਾਂ ਵਾਲਾ ਮਰਦਾ ਹੈ। ਜਵਾਨੀ ਦੀ ਰੁੱਤ ਵਿਚ ਉਹ ਮਰਦੇ ਹਨ ਜਿਨ੍ਹਾਂ ਨੇ ਧੁਰੋਂ ਆਪਣੀ ਕਿਸਮਤ ਵਿਚ ਬਿਰਹਾ ਲਿਖਾਇਆ ਹੋਵੇ। ਇਸੇ ਕਰਕੇ ਅਸੀਂ ਜਵਾਨੀ ਦੀ ਰੁੱਤ ਵਿਚ ਮਰਨਾ ਹੈ ਤੇ ਤੇਰੇ ਮੁਬਾਰਕ ਹਿਜ਼ਰ ਨੂੰ ਆਪਣੇ ਨਾਲ ਸਵਰਗ ਵਿਚ ਲੈ ਕੇ ਜਾਣਾ ਹੈ। ਹੇ ਪਿਆਰੀ, ਸਾਡੇ ਵਰਗੇ ਨਿਕਰਮਾਂ ਦਾ ਕੋਈ ਜੀਨ ਨਹੀਂ। ਅਸੀਂ ਜਨਮ ਦੇ ਸਮੇਂ ਤੋਂ ਲੈ ਕੇ ਜਵਾਨੀ ਤੱਕ ਹਰ ਰੋਜ਼ ਸੰਗ ਸ਼ਰਮ ਵਿਚ ਜੀਵਨ ਗੁਜ਼ਾਰਦੇ ਹਾਂ। ਸਾਨੂੰ ਅਣਚਾਹੁੰਦਿਆਂ ਵੀ ਲੱਜਾ ਦੀਆਂ ਜੰਮਣ ਪੀੜਾਂ ਸਹਿਣੀਆਂ ਪੈਂਦੀਆਂ ਹਨ। ਇੱਥੇ ਸਾਨੂੰ ਨਿੱਤ ਕਦੇ ਕਿਸੇ ਸਰੀਰ ਵਿਚ ਫੁੱਲ ਬਣ ਕੇ ਖਿੜਨਾ ਪੈਂਦਾ ਹੈ ਤੇ ਕਦੇ ਮਰਨ ਮਗਰੋਂ ਤਾਰੇ ਦਾ ਰੂਪ ਵਟਾ ਕੇ ਆਕਾਸ਼ ਵਿਚ ਚੜਨਾ ਪੈਂਦਾ ਹੈ। ਇਸ ਪ੍ਰਕਾਰ ਅਸੀਂ ਨਿੱਤ ਜੰਮਣ ਮਰਨ ਦੀ ਘੁੰਮਣ ਘੇਰੀ ਵਿਚ ਪਏ ਰਹਿੰਦੇ ਹਾਂ। ਇੱਥੇ ਤਾਂ ਸਾਰੀ ਦੁਨੀਆਂ ਨੂੰ ਹੀ ਗਰਭ ਜੂਨ ਵਿਚ ਮਰਨਾ ਪੈਂਦਾ ਹੈ। ਜਨਮ ਤੋਂ ਪਹਿਲਾਂ ਅਸੀਂ ਸਾਰੇ ਔਖਾ ਸਮਾਂ ਗੁਜ਼ਾਰਦੇ ਹਾਂ ਤੇ ਫਿਰ ਜਨਮ ਲੈ ਕੇ ਇਸ ਦੁਨੀਆਂ ਵਿਚ ਸੰਗ ਸ਼ਰਮ ਭਰਿਆ ਜੀਵਨ ਗੁਜ਼ਾਰਦੇ ਹਾਂ। ਅਸੀਂ ਆਪਣੇ ਆਪ ਨੂੰ ਮਾਰ ਕੇ ਇਕ ਦੂਜੇ ਦੀ ਮਿੱਟੀ ਦੀਆਂ ਪਰਿਕਰਮਾ ਕਰਦੇ ਹਾਂ। ਇਸ ਪ੍ਰਕਾਰ ਜਦੋਂ ਸਾਡੇ ਸਰੀਰ ਰੂਪੀ ਮਿੱਟੀ ਵਿਚੋਂ ਅਣਖ ਦੀ ਮੁੱਕ ਜਾਵੇ ਤਾਂ ਜਿਉਣ ਦਾ ਕੀ ਲਾਭ। ਹੇ ਪਿਆਰੇ, ਇਸ ਕਰਕੇ ਅਸੀਂ ਤਾਂ ਜਵਾਨੀ ਦੀ ਰੁੱਤ ਵਿਚ ਹੀ ਮਰ ਜਾਣਾ ਹੈ। ਅਸੀਂ ਤਾਂ ਭਰੇ ਭਰਾਏ ਹੀ ਇੱਥੋਂ ਚਲੇ ਜਾਣਾ ਹੈ। ਅਸੀਂ ਤਾਂ ਹਿਜ਼ਰ ਦੀਆਂ ਪਰਿਕਰਮਾ ਕਰਦੇ ਹੋਏ ਜਵਾਨੀ ਦੀ ਉਮਰ ਵਿਚ ਹੀ ਮਰ ਜਾਣਾ ਹੈ। ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਅਸਾਂ ਤਾਂ ਜੋਬਣ ਰੁੱਤੇ ਮਰਨਾ ਕਵਿਤਾ ਦਾ ਕੇਂਦਰੀ ਭਾਵ ਲਿਖੋ, ਪੀਯੂ 2015। ਉੱਤਰ, ਸੰਗ ਸ਼ਰਮ ਭਰਿਆਂ ਤੇ ਅਣਖਹੀਣ ਜੀਵਨ ਜਿਉਣ ਨਾਲੋਂ ਪਿਆਰੇ ਦੀ ਹਿਜ਼ਰ ਨੂੰ ਹੰਡਾਉਂਦਿਆਂ ਜਵਾਨੀ ਵਿਚ ਮਰਨਾ ਕਿਤੇ ਚੰਗਾ ਹੈ। ਪ੍ਰਸ਼ਨ ਨੰਬਰ 2, ਅਸਾਂ ਤਾਂ ਜੋਬਣ ਰੁੱਤੇ ਮਰਨਾ ਕਵਿਤਾ ਦੇ ਅਨੁਸਾਰ ਜੋਬਣ ਵਿਚ ਕਿਹੜੇ ਕਿਹੜੇ ਲੋਕ ਮਰਦੇ ਹਨ? ਉੱਤਰ, ਜੋਬਣ ਵਿਚ ਜਾਂ ਤਾਂ ਆਸ਼ਕ ਮਰਦੇ ਹਨ ਜਾਂ ਕੋਈ ਚੰਗੇ ਕਰਮਾਂ ਵਾਲਾ ਮਰਦਾ ਹੈ। ਜੋਬਣ ਰੁੱਤ ਵਿਚ ਉਹ ਵੀ ਮਰਦੇ ਹਨ ਜਿਨ੍ਹਾਂ ਨੇ ਧੁਰੋਂ ਆਪਣੀ ਕਿਸਮਤ ਵਿਚ ਬਿਰਹਾ ਦਾ ਦਰਦ ਲਿਖਾਇਆ ਹੋਵੇ। ਪ੍ਰਸ਼ਨ ਨੰਬਰ 3, ਅਸਾਂ ਤਾਂ ਜੋਬਣ ਰੁੱਤੇ ਮਰਨਾ ਕਵਿਤਾ ਵਿਚ ਕਵੀ ਆਪਣੇ ਆਪ ਨੂੰ ਨਿਕਰਮਾ ਕਿਉਂ ਕਹਿੰਦਾ ਹੈ? ਉੱਤਰ, ਕਵੀ ਆਪਣੇ ਆਪ ਨੂੰ ਨਿਕਰਮਾ ਇਸ ਕਰਕੇ ਕਹਿੰਦਾ ਹੈ ਕਿਉਂਕਿ ਉਸਨੇ ਜਨਮ ਤੋਂ ਲੈ ਕੇ ਹੁਣ ਤੱਕ ਸ਼ਰਮਾ ਭਰਿਆ ਜੀਵਨ ਗੁਜ਼ਾਰਿਆ ਹੈ ਤੇ ਉਸ ਨੂੰ ਇਹ ਅਨੁਭਵ ਨਹੀਂ ਹੋਇਆ ਕਿ ਉਹ ਜਿਉਂਦਿਆਂ ਵਿਚ ਸ਼ਾਮਲ ਹੈ। ਪੰਨਾ ਨੰਬਰ 103, ਪ੍ਰਸ਼ਨ ਨੰਬਰ 4, ਅਸਾਂ ਤਾਂ ਜੋਬਣ ਰੁੱਤੇ ਮਰਨਾ ਕਵਿਤਾ ਵਿਚ ਕਵੀ ਦੀ ਤ੍ਰਾਸਦੀ ਬਾਰੇ ਲਿਖੋ। ਉੱਤਰ, ਕਵੀ ਦੀ ਤ੍ਰਾਸਦੀ ਇਹ ਹੈ ਕਿ ਉਹ ਆਪਣੇ ਸੱਜਣ ਦੇ ਬਿਰਹਾ ਦਾ ਮਾਰਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਇਹ ਵੀ ਸਮਝਦਾ ਹੈ ਕਿ ਜਿਸ ਦੁਨੀਆਂ ਵਿਚ ਉਹ ਰਹਿ ਰਿਹਾ ਹੈ ਉਥੇ ਮਨੁੱਖ ਨੂੰ ਸ਼ਰਮ ਹਿਆ ਦੇ ਵਰਤਾਰੇ ਕਰਕੇ ਗਰਭ ਜੂਨ ਵਿਚ ਹੀ ਮਰਨਾ ਪੈ ਜਾਂਦਾ ਹੈ ਤੇ ਉਹ ਸ਼ਰਮਾ ਹਟਾਉਂਦਾ ਇਕ ਪ੍ਰਕਾਰ ਦਾ ਮੁਰਦਾ ਜੀਵਨ ਜਿਉਂਦਾ ਹੈ। ਉਹ ਅਜਿਹੇ ਜੀਵਨ ਨੂੰ ਮੁਰਦਾ ਤੇ ਅਣਖਹੀਣ ਹੋਣ ਕਰਕੇ ਨਿਰਾਰਥਕ ਸਮਝਦਾ ਹੈ ਤੇ ਜੀਵਨ ਵਿਚ ਮਰਨ ਨੂੰ ਤਰਜੀਹ ਦਿੰਦਾ ਹੈ। ਪ੍ਰਸ਼ਨ ਨੰਬਰ 5, ਅਸਾਂ ਤਾਂ ਜੋਬਣ ਰੁੱਤੇ ਮਰਨਾ ਗੀਤ ਵਿਚ ਕਿਹੜੇ ਕਿਹੜੇ ਲੋਕ ਵਿਸ਼ਵਾਸ ਦਾ ਜ਼ਿਕਰ ਹੈ? ਪੀਯੂ 2013। ਉੱਤਰ, ਇਸ ਗੀਤ ਵਿਚ ਇਨ੍ਹਾਂ ਲੋਕ ਵਿਸ਼ਵਾਸਾਂ ਦਾ ਜ਼ਿਕਰ ਹੈ ਕਿ ਜਵਾਨੀ ਵਿਚ ਮਰਨ ਵਾਲਾ ਜਾਂ ਤਾਂ ਧਰਤੀ ਉੱਤੇ ਫੁੱਲ ਬਣ ਕੇ ਖਿੜਦਾ ਹੈ ਜਾਂ ਅਸਮਾਨ ਵਿਚ ਤਾਰਾ ਬਣ ਕੇ ਚਮਕਦਾ ਹੈ। ਪ੍ਰਸ਼ਨ ਨੰਬਰ 6, ਅਸਾਂ ਤਾਂ ਜੋਬਣ ਰੁੱਤੇ ਮਰਨਾ ਗੀਤ ਦਾ ਕਵੀ ਕੌਣ ਹੈ? ਉੱਤਰ, ਸ਼ਿਵ ਕੁਮਾਰ ਬਟਾਲਵੀ। ਨੰਬਰ 3, ਜ਼ਖਮ ਚੀਨੀ ਆਕਰਮਣ ਸਮੇਂ। ਪ੍ਰਸ਼ਨ ਨੰਬਰ 1, ਹੇਠਾਂ ਲਿਖੇ ਕਾਵ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਊੜਾ, ਸੁਣਿਓ ਵੇ ਕਲਮਾਂ ਵਾਲਿਓ, ਸੁਣਿਓ ਵੇ ਅਕਲਾਂ ਵਾਲਿਓ, ਸੁਣਿਓ ਵੇ ਹੁਨਰਾਂ ਵਾਲਿਓ, ਹੈ ਅੱਖ ਚੁਬੀ ਅਮਨ ਦੀ, ਆਇਓ ਵੇ ਫੂਕਾਂ ਮਾਰਿਓ। ਇਕ ਦੋਸਤੀ ਦੇ ਜ਼ਖਮ ਤੇ ਸਾਂਝਾਂ ਦਾ ਲੋਗੜ ਬੰਨ ਕੇ, ਸਮਿਆਂ ਦੀ ਥੋਹਰ ਪੀੜ ਕੇ, ਦੁੱਧਾਂ ਦਾ ਛੱਟਾ ਮਾਰਿਓ।
ਉੱਤਰ ਪ੍ਰਸੰਗ ਕਾਵ ਟੋਟਾ ਕਾਵ ਸੁਮੇਲ ਕਾਵ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਜ਼ਖਮ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਭਾਰਤ ਉਤੇ ਹੋਏ ਚੀਨੀ ਹਮਲੇ ਸੰਬੰਧੀ ਦੁੱਖ ਦੇ ਭਾਵ ਪ੍ਰਗਟ ਕਰਦਾ ਹੋਇਆ ਅਮਨ ਦੀ ਇੱਛਾ ਕਰਦਾ ਹੈ। ਵਿਆਖਿਆ ਕਵੀ ਕਲਾਕਾਰਾਂ ਬੁੱਧੀਜੀਵਾਂ ਤੇ ਸਾਹਿਤਕਾਰਾਂ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਕਿ ਉਸ ਦੀ ਪੁਕਾਰ ਸੁਣੋ। ਅੱਜ ਭਾਰਤ ਉਪਰ ਚੀਨੀ ਹਮਲੇ ਨਾਲ ਅਮਨ ਦੀ ਅੱਖ ਚੁੱਭ ਗਈ, ਅਰਥਾਤ ਅਮਨ ਭੰਗ ਹੋ ਗਿਆ ਹੈ। ਆਓ ਇਸ ਚੁੱਭੀ ਹੋਈ ਅੱਖ ਦੀ ਪੀੜ ਦੂਰ ਕਰਨ ਲਈ ਫੂਕਾਂ ਮਾਰੋ, ਅਰਥਾਤ ਅਮਨ ਨੂੰ ਬਚਾਉਣ ਲਈ ਕੋਈ ਯਤਨ ਕਰੋ। ਅੱਜ ਹਿੰਦ ਚੀਨ ਦੀ ਦੋਸਤੀ ਜ਼ਖਮੀ ਹੋ ਗਈ ਹੈ। ਤੁਸੀਂ ਇਸ ਜ਼ਖਮ ਦੀ ਪੀੜ ਨੂੰ ਦੂਰ ਕਰਨ ਲਈ ਇਸ ਉਤੇ ਸਮੇਂ ਦੀ ਥੋੜ ਨੂੰ ਨਪੀੜ ਕੇ ਉਸ ਤੇ ਦੁੱਧ ਦਾ ਛਿੱਟਾ ਮਾਰੋ ਤੇ ਉਸ ਉਪਰ ਸਾਂਝ ਦਾ ਲੋਗੜ ਬੰਨੋ, ਅਰਥਾਤ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਦੋਹਾਂ ਦੇਸ਼ਾਂ ਵਿਚਕਾਰ ਮੁੜ ਮਿੱਤਰਤਾ ਕਾਇਮ ਕਰਕੇ ਇੱਥੇ ਅਮਨ ਬਹਾਲ ਕਰੋ। ਔਖੇ ਸ਼ਬਦਾਂ ਦੇ ਅਰਥ ਹੁਨਰਾਂ ਵਾਲਿਓ ਕਲਾਕਾਰੋ ਲੋਗੜ ਪੁਰਾਣਾ ਰੂਮ। ਪੰਨਾ ਨੰਬਰ 104, ਪ੍ਰਸ਼ਨ ਨੰਬਰ 2, ਹੇਠਾਂ ਲਿਖੇ ਕਾਵ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਐਡਾ ਵਿਹੜੇ ਅਸਾਡੀ ਧਰਤ ਦੇ ਤਾਰੀਖ ਟੂਣਾ ਕਰ ਗਈ, ਸੇਹ ਦਾ ਤਕਲਾ ਗੱਡ ਕੇ ਸਾਹਾਂ ਦੇ ਪੱਤਰ ਵੱਢ ਕੇ ਹੱਡੀਆਂ ਦੇ ਚੌਲ ਡੋਲ ਕੇ ਨਫ਼ਰਤ ਦੀ ਮੌਲੀ ਬੰਨ ਕੇ ਲਹੂਆਂ ਦੀ ਗਾਗਰ ਧਰ ਗਈ, ਉਹ ਸਾਥੀਓ ਉਹ ਵੇਲੀਓ ਤਹਿਜ਼ੀਬ ਜਿਉਂਦੀ ਮਰ ਗਈ। ਉੱਤਰ ਪ੍ਰਸੰਗ ਇਹ ਕਾਵ ਟੋਟਾ ਕਾਵ ਸੁਮੇਲ ਕਾਵ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਜ਼ਖਮ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਭਾਰਤ ਉਪਰ ਹੋਈ ਚੀਨੀ ਹਮਲੇ ਸੰਬੰਧੀ ਦੁੱਖ ਦੇ ਭਾਵ ਪ੍ਰਗਟ ਕਰਦਾ ਹੋਇਆ ਅਮਨ ਦੀ ਇੱਛਾ ਕਰਦਾ ਹੈ। ਵਿਆਖਿਆ ਹੇ ਸਾਹਿਤਕਾਰੋ, ਬੁੱਧੀਜੀਵੋ ਅਤੇ ਕਲਾਕਾਰੋ, ਕੱਲ ਤੱਕ ਹਿੰਦ ਚੀਨ ਦੋਵੇਂ ਮਿੱਤਰ ਸਨ, ਉਹ ਭਰਾਵਾਂ ਵਾਂਗ ਰਹਿੰਦੇ ਸਨ, ਪਰ ਅੱਜ ਉਹ ਇਕ ਦੂਜੇ ਦੇ ਦੁਸ਼ਮਣ ਬਣ ਗਏ ਹਨ। ਜਾਪਦਾ ਹੈ ਕਿ ਸਾਡੀ ਧਰਤੀ ਦੇ ਵਿਹੜੇ ਵਿਚ ਇਤਿਹਾਸ ਨੇ ਟੂਣਾ ਕਰ ਦਿੱਤਾ ਹੈ। ਉਸ ਨੇ ਇਹ ਟੂਣਾ ਸਾਡੇ ਵਿਹੜੇ ਵਿਚ ਸੇਹ ਦਾ ਤਕਲਾ ਕੱਢ ਕੇ, ਸਾਹਾਂ ਦੇ ਪੱਤੇ ਵੱਢ ਕੇ, ਹੱਡੀਆਂ ਦੇ ਚੌਲ ਡੋਲ ਕੇ, ਨਫ਼ਰਤ ਦਾ ਆਟਾ ਬੰਨ ਕੇ ਅਤੇ ਲਹੂ ਦੀ ਗਾਗਰ ਭਰ ਕੇ ਕੀਤਾ ਹੈ। ਇਸੇ ਕਾਰਨ ਹੀ ਇਹ ਲੜਾਈ ਛਿੜੀ ਹੈ, ਜਿਸ ਵਿਚ ਬੰਦੇ ਮਰ ਰਹੇ ਹਨ, ਉਨ੍ਹਾਂ ਦੀਆਂ ਹੱਡੀਆਂ ਰੁਲ ਰਹੀਆਂ ਹਨ ਤੇ ਲਹੂ ਵਹਿ ਰਿਹਾ ਹੈ। ਹੇ ਮੇਰੇ ਸਾਥੀਓ, ਮੈਨੂੰ ਇਹ ਦੇਖ ਕੇ ਇੰਜ ਲੱਗਦਾ ਹੈ ਕਿ ਅਸੀਂ ਆਪਣੀ ਜਿਸ ਉੱਨਤ ਤਹਿਜ਼ੀਬ ਦੀਆਂ ਡੀਂਗਾਂ ਮਾਰਦੇ ਹਾਂ, ਉਹ ਜਿਉਂਦੀ ਹੀ ਮਰ ਗਈ ਹੈ। ਔਖੇ ਸ਼ਬਦਾਂ ਦੇ ਅਰਥ ਤਾਰੀਖ, ਇਤਿਹਾਸ, ਮੌਲੀ, ਅੱਟਾ। ਪ੍ਰਸ਼ਨ ਨੰਬਰ 3, ਹੇਠ ਲਿਖੀ ਕਾਵ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਈਡੀ ਇਖਲਾਕ ਦੀ ਅੱਡੀ ਤੇ ਮੁੜ ਵਹਿਸ਼ਤ ਦਾ ਬੀਸੀਅਰ ਲੜ ਗਿਆ, ਇਤਿਹਾਸ ਦੇ ਇਕ ਬਹਾਬ ਨੂੰ ਮੁੜ ਕੇ ਜ਼ਹਿਰ ਹੈ ਚੜ ਗਿਆ। ਸਦਿਓ ਵੇ ਕੋਈ ਮਾਂਦਰੀ ਸਮਿਆਂ ਨੂੰ ਦੰਦਲ ਪੈ ਗਈ, ਸਦਿਓ ਵੇ ਕੋਈ ਜੋਗੀਆ ਧਰਤੀ ਨੂੰ ਗਸ਼ ਹੈ ਪੈ ਗਈ। ਸੁਖੋ ਵੇ ਰੋਟ ਪੀਰ ਦੇ ਪਿਪਲਾਂ ਨੂੰ ਤੰਦਾਂ ਕੱਚੀਆਂ, ਆਓ ਵੇ ਇਸ ਬਾਰੂਦ ਦੀ ਵਰਮੀ ਤੇ ਪਾਈਏ ਲੱਸੀਆਂ, ਓ ਦੋਸਤੋ ਓ ਮਹਿਰਮੋ ਕਾਹਨੂੰ ਇਹ ਅੱਗਾਂ ਮੱਚੀਆਂ। ਪੰਨਾ ਨੰਬਰ 105, ਉੱਤਰ ਪ੍ਰਸੰਗ ਇਹ ਕਾਵ ਟੋਟਾ ਕਾਵ ਸੁਮੇਲ ਕਾਵ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਜ਼ਖਮ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਭਾਰਤ ਉਪਰ ਹੋਏ ਚੀਨੀ ਹਮਲੇ ਸੰਬੰਧੀ ਦੁੱਖ ਦੇ ਭਾਵ ਪ੍ਰਗਟ ਕਰਦਾ ਹੋਇਆ ਅਮਨ ਦੀ ਇੱਛਾ ਕਰਦਾ ਹੈ। ਵਿਆਖਿਆ ਅੱਜ ਭਾਰਤ ਦਾ ਮਿੱਤਰ ਕਹਾਉਣ ਵਾਲੇ ਚੀਨ ਦੇ ਹਮਲੇ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਖਲਾਕ ਦੀ ਅੱਡੀ ਉਤੇ ਪਸ਼ੂ ਪੁਣੇ ਦਾ ਸੱਪ ਲੜ ਗਿਆ ਹੋਵੇ। ਇਸ ਦੇ ਨਤੀਜੇ ਵਜੋਂ ਸੰਸਾਰ ਦੇ ਇਤਿਹਾਸ ਦੇ ਇਕ ਹੋਰ ਕਾਂਡ ਨੂੰ ਜੰਗ ਦਾ ਜ਼ਹਿਰ ਚੜ ਗਿਆ ਹੋਵੇ। ਹੇ ਕਲਾਕਾਰੋ, ਬੁੱਧੀਜੀਵੋ ਤੇ ਸਾਹਿਤਕਾਰੋ, ਕਿਸੇ ਮਾਂਦਰੀ ਨੂੰ ਸੱਦੋ, ਕਿਉਂਕਿ ਇਸ ਜ਼ਹਿਰੀਲੇ ਸੱਪ ਦੇ ਡੰਗ ਨਾਲ ਸਮਿਆਂ ਨੂੰ ਦੰਦਲ ਪੈ ਗਈ ਹੈ। ਕਿਸੇ ਜੋਗੀ ਨੂੰ ਸੱਦੋ, ਕਿਉਂਕਿ ਇਸ ਦੇ ਜ਼ਹਿਰ ਨਾਲ ਧਰਤੀ ਨੂੰ ਗਸ਼ ਪੈ ਗਿਆ ਹੈ। ਪੀਰ ਦਾ ਰੋਟ ਸੁੱਖੋ ਤੇ ਪਿਪਲਾਂ ਨੂੰ ਕੱਚੀਆਂ ਤੰਦਾਂ ਬੰਨੋ, ਆਓ ਬਾਰੂਦ ਦੇ ਫੁੰਕਾਰੇ ਮਾਰਨ ਵਾਲੇ ਇਸ ਜ਼ਹਿਰੀਲੇ ਸੱਪ ਦੀ ਵਰਮੀ ਉਪਰ ਕੱਚੀ ਲੱਸੀ ਪਾ ਕੇ ਇਸ ਦਾ ਕ੍ਰੋਧ ਮੱਠਾ ਕਰਨ ਦਾ ਉਪਰਾਲਾ ਕਰੀਏ। ਅਰਥਾਤ ਭਾਰਤ ਉਪਰ ਚੀਨ ਦੇ ਭਿਆਨਕ ਹਮਲੇ ਨੂੰ ਖਤਮ ਕਰਨ ਲਈ ਜੋ ਵੀ ਹੋ ਸਕੇ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸੰਸਾਰ ਅਮਨ ਤੇ ਮਿੱਤਰਤਾ ਦੀ ਭਾਵਨਾ ਨੂੰ ਬਹੁਤ ਨੁਕਸਾਨ ਪੁੱਜਾ ਹੈ। ਹੇ ਮਿੱਤਰੋ, ਮੈਂ ਹੈਰਾਨ ਹਾਂ ਕਿ ਹਿੰਦ ਤੇ ਚੀਨ ਵਿਚ ਜੰਗ ਦੀ ਅੱਗ ਕਿਉਂ ਭੜਕ ਉੱਠੀ ਹੈ। ਜਿਵੇਂ ਵੀ ਹੋ ਸਕਦਾ ਇਸ ਅੱਗ ਨੂੰ ਬੁਝਾਓ। ਔਖੇ ਸ਼ਬਦਾਂ ਦੇ ਅਰਥ ਇਖਲਾਕ, ਅਚਾਨਕ, ਵਹਿਸ਼ਤ, ਪਸ਼ੂਪੁਣਾ, ਬੀਸੀਅਰ, ਸੱਪ, ਬਾਬ, ਕਾਂਡ, ਮਾਂਦਰੀ, ਸੱਪਾਂ ਨੂੰ ਕਿਲਣ ਵਾਲਾ, ਵਰਮੀ, ਸੱਪਾਂ ਦੀ ਖੁੱਡ। ਪ੍ਰਸ਼ਨ ਨੰਬਰ 4, ਹੇਠ ਲਿਖੇ ਕਾਵ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਸੱਸਾ
ਹਾੜਾ ਜੇ ਦੇਸਾਂ ਵਾਲਿਓ, ਹਾੜਾ ਜੇ ਕੌਮਾਂ ਵਾਲਿਓ, ਉਹ ਐਟਮਾਂ ਦਿਓ ਤਾਜਰੋ, ਬਾਰੂਦ ਦੀ ਵਣਜਾਰਿਓ। ਹੁਣ ਹੋਰ ਨਾ ਮਨੁੱਖ ਸਿਰ ਲਹੂਆਂ ਦਾ ਕਰਜ਼ਾ ਚਾੜਿਓ, ਹੈ ਅੱਖ ਚੁਬੀ ਅਮਨ ਦੀ ਆਇਓ ਵੇ ਫੂਕਾਂ ਮਾਰਿਓ। ਹਾੜਾ ਜੇ ਕਲਮਾਂ ਵਾਲਿਓ, ਹਾੜਾ ਵੇ ਅਕਲਾਂ ਵਾਲਿਓ, ਹਾੜਾ ਜੇ ਹੁਨਰਾਂ ਵਾਲਿਓ। ਉੱਤਰ ਪ੍ਰਸੰਗ। ਇਹ ਕਾਵ ਟੋਟਾ ਕਾਵ ਸੁਮੇਲ ਕਾਵ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਜ਼ਖਮ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਭਾਰਤ ਉਪਰ ਹੋਏ ਚੀਨੀ ਹਮਲੇ ਸੰਬੰਧੀ ਦੁੱਖ ਦੇ ਭਾਵ ਪ੍ਰਗਟ ਕਰਦਾ ਹੋਇਆ ਅਮਨ ਦੀ ਇੱਛਾ ਕਰਦਾ ਹੈ। ਵਿਆਖਿਆ। ਹੇ ਦੇਸ਼ ਦੇ ਕੌਮਾਂ ਦੇ ਮਾਲਕੋ, ਹੇ ਐਟਮਾਂ ਦਾ ਵਪਾਰ ਕਰਨ ਵਾਲਿਓ, ਮੈਂ ਤੁਹਾਡੇ ਅੱਗੇ ਤਰਲੇ ਕਰਦਾ ਹਾਂ ਕਿ ਤੁਸੀਂ ਇਸ ਜੰਗ ਨੂੰ ਹੋਰ ਭੜਕਾਉਣ ਦੀਆਂ ਹਰਕਤਾਂ ਨਾ ਕਰੋ ਤੇ ਇਸ ਤਰ੍ਹਾਂ ਸਾਰੀ ਮਨੁੱਖਤਾ ਨੂੰ ਜੰਗ ਵਿਚ ਲਪੇਟ ਕੇ ਉਸਦੇ ਸਿਰ ਇਨਸਾਨੀ ਖੂਨ ਦਾ ਹੋਰ ਕਰਜ਼ਾ ਨਾ ਚਾੜੋ, ਸਗੋਂ ਇਸ ਜੰਗ ਨੂੰ ਖਤਮ ਕਰਕੇ ਇੱਥੇ ਅਮਨ ਸਥਾਪਿਤ ਕਰਨ ਦੇ ਯਤਨ ਕਰੋ। ਹੇ ਸਾਹਿਤਕਾਰੋ, ਕਲਾਕਾਰੋ ਅਤੇ ਬੁੱਧੀਜੀਵੋ, ਮੈਂ ਤੁਹਾਡੇ ਅੱਗੇ ਤਰਲੇ ਕਰਦਾ ਹਾਂ ਕਿ ਇਸ ਖਿੱਤੇ ਵਿਚ ਭੰਗ ਹੋਏ ਅਮਨ ਨੂੰ ਮੁੜ ਬਹਾਲ ਕਰਨ ਲਈ ਆਪਣੀ ਵਾਹ ਲਾ ਦਿਓ। ਔਖੇ ਸ਼ਬਦਾਂ ਦੇ ਅਰਥ ਤਾਜਰੋ, ਵਪਾਰੀਓ। ਪੰਨਾ ਨੰਬਰ 106। ਪ੍ਰਸ਼ਨ ਨੰਬਰ 5। ਜ਼ਖਮ ਕਵਿਤਾ ਵਿਚ ਆਏ ਵਿਚਾਰਾਂ ਦਾ ਸਾਰ ਲਿਖੋ। ਪੀਯੂ 2013। ਜਾਂ ਜ਼ਖਮ ਕਵਿਤਾ ਦਾ ਵਿਸ਼ਾ ਵਸਤੂ ਕੀ ਹੈ ਸਪਸ਼ਟ ਕਰੋ। ਉੱਤਰ। ਜ਼ਖਮ ਨਾਮੀ ਕਵਿਤਾ ਸ਼ਿਵ ਕੁਮਾਰ ਦੀ ਲਿਖੀ ਹੋਈ ਹੈ। ਇਸ ਵਿਚ ਕਵੀ ਨੇ ਆਪਣੇ ਦੇਸ਼ ਉੱਤੇ ਹੋਏ ਚੀਨੀ ਹਮਲੇ ਤੋਂ ਦੁਖੀ ਹੋ ਕੇ ਸਾਹਿਤਕਾਰਾਂ, ਕਲਾਕਾਰਾਂ ਤੇ ਬੁੱਧੀਜੀਵਾਂ ਨੂੰ ਸੰਬੋਧਨ ਕੀਤਾ ਹੈ ਅਤੇ ਉਸਨੇ ਉਨ੍ਹਾਂ ਨੂੰ ਚੇਤਨ ਕੀਤਾ ਹੈ ਕਿ ਅੱਜ ਹਿੰਦ ਚੀਨੀ ਦੋਸਤੀ ਜ਼ਖਮੀ ਹੋ ਗਈ ਹੈ। ਉਹ ਇਸ ਜ਼ਖਮ ਦੀ ਪੀੜ ਘਟਾਉਣ ਲਈ ਤੇ ਇਨ੍ਹਾਂ ਵਿਚ ਮੁੜ ਸਾਂਝ ਤੇ ਪ੍ਰੇਮ ਦੇ ਭਾਵ ਪੈਦਾ ਕਰਨ ਲਈ ਯਤਨ ਕਰਨ। ਕਵੀ ਨੂੰ ਮਹਿਸੂਸ ਹੁੰਦਾ ਹੈ ਕਿ ਹਿੰਦ ਚੀਨ ਦੋਸਤੀ ਇਤਿਹਾਸ ਨੂੰ ਚੰਗੀ ਨਹੀਂ ਲੱਗੀ। ਉਸ ਨੇ ਸਾਡੀ ਧਰਤੀ ਦੇ ਵਿਹੜੇ ਵਿਚ ਸਿਹੇ ਦਾ ਤਕਲਾ ਕੱਢ ਕੇ, ਸਾਹਾਂ ਦੇ ਪੱਤੇ ਵੱਢ ਕੇ, ਹੱਡੀਆਂ ਦੇ ਚੌਲ ਖਿਲਾਰ ਕੇ, ਨਫ਼ਰਤ ਦੀ ਮੌਲੀ ਬੰਨ ਕੇ ਤੇ ਲਹੂਆਂ ਦੀ ਗਾਗਰ ਭਰ ਕੇ ਟੂਣਾ ਕਰ ਦਿੱਤਾ ਹੈ, ਜਿਸ ਦੇ ਫਲਸਰੂਪ ਦੋਸਤੀ ਦੁਸ਼ਮਣੀ ਵਿਚ ਬਦਲ ਗਈ ਹੈ ਤੇ ਜੰਗ ਛਿੜਨ ਨਾਲ ਮਨੁੱਖੀ ਲਹੂ ਡੋਲਿਆ ਜਾ ਰਿਹਾ ਹੈ। ਕਵੀ ਨੂੰ ਪ੍ਰਤੀਤ ਹੁੰਦਾ ਹੈ ਕਿ ਸਾਡਾ ਦੋਸਤ ਕਹਾਉਣ ਵਾਲੇ ਚੀਨ ਨੇ ਸੱਪ ਵਾਂਗ ਇਨਸਾਨੀਅਤ ਰੂਪੀ ਇਖਲਾਕ ਦੀ ਅੱਡੀ ਉਤੇ ਡੰਗ ਮਾਰਿਆ ਹੈ, ਜਿਸ ਨਾਲ ਸੰਸਾਰ ਦੇ ਇਤਿਹਾਸ ਨੂੰ ਜੰਗ ਦਾ ਜ਼ਹਿਰ ਚੜ ਗਿਆ ਹੈ। ਉਹ ਕਲਾਕਾਰ, ਬੁੱਧੀਜੀਵਾਂ ਦੇ ਸਾਹਿਤਕਾਰਾਂ ਨੂੰ ਕਹਿੰਦਾ ਹੈ ਕਿ ਜਿਵੇਂ ਵੀ ਹੋ ਸਕੇ, ਕੋਈ ਮਾਂਦਰੀ ਸੱਦ ਕੇ, ਕੋਈ ਜੋਗੀ ਸੱਦ ਕੇ, ਕੋਈ ਸੁਖਣਾ ਸੁੱਖ ਕੇ, ਪਿੱਪਲਾਂ ਨੂੰ ਕੱਚੀਆਂ ਤੰਦਾਂ ਬੰਨ ਕੇ ਜਾਂ ਸੱਪ ਦੀ ਵਰਮੀ ਉਪਰ ਕੱਚੀ ਲੱਸੀ ਪਾ ਕੇ ਇਸ ਜ਼ਹਿਰ ਨੂੰ ਚੜਨੋਂ ਰੋਕਣਾ ਚਾਹੀਦਾ ਹੈ। ਕਵੀ ਸਾਹਿਤਕਾਰਾਂ, ਬੁੱਧੀਜੀਵਾਂ ਤੇ ਕਲਾਕਾਰਾਂ ਦੇ ਨਾਲ ਸੰਸਾਰ ਦੀਆਂ ਐਟਮਾਂ ਤੇ ਹੋਰਨਾਂ ਭਿਆਨਕ ਹਥਿਆਰਾਂ ਦਾ ਵਪਾਰ ਕਰਨ ਵਾਲੀਆਂ ਤਾਕਤਾਂ ਅੱਗੇ ਵੀ ਤਰਲਾ ਕਰਦਾ ਹੈ ਕਿ ਉਹ ਇਸ ਜੰਗ ਨੂੰ ਹੋਰਨਾਂ ਭੜਕਾਉਣ ਦੇਣ ਦੇ, ਇਸ ਪ੍ਰਕਾਰ ਮਨੁੱਖਤਾ ਦਾ ਹੋਰ ਲਹੂ ਨਾ ਡੁੱਲਣ ਦੇਣ। ਉਹ ਸਭ ਅੱਗੇ ਤਰਲਾ ਕਰਦਾ ਹੈ ਕਿ ਉਹ ਜਿਵੇਂ ਵੀ ਹੋ ਸਕੇ ਇਸ ਜੰਗ ਨੂੰ ਰੋਕਣ ਤੇ ਇੱਥੇ ਅਮਨ ਕਾਇਮ ਕਰਨ ਦਾ ਯਤਨ ਕਰਨ। ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1। ਜ਼ਖਮ ਕਵਿਤਾ ਦਾ ਕੇਂਦਰੀ ਭਾਵ ਲਿਖੋ। ਪੀਯੂ 2013। ਉੱਤਰ। ਭਾਰਤ ਉਪਰ ਚੀਨੀ ਹਮਲੇ ਨਾਲ ਸੰਸਾਰ ਅਮਨ ਲਈ ਖਤਰਾ ਪੈਦਾ ਹੋ ਗਿਆ ਹੈ। ਹਿੰਦ ਚੀਨੀ ਦੋਸਤੀ ਖਤਮ ਹੋ ਗਈ ਹੈ। ਸੰਸਾਰ ਦੇ ਬੁੱਧੀਜੀਵਾਂ, ਕਲਾਕਾਰਾਂ, ਸਾਹਿਤਕਾਰਾਂ ਤੇ ਵੱਡੀਆਂ ਤਾਕਤਾਂ ਨੂੰ ਇਸ ਜੰਗ ਨੂੰ ਖਤਮ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਪ੍ਰਸ਼ਨ ਨੰਬਰ 2। ਜ਼ਖਮ ਕਵਿਤਾ ਵਿਚ ਕਿਸ ਦੇ ਹਮਲੇ ਨਾਲ ਸੰਬੰਧਿਤ ਹੈ? ਉੱਤਰ। ਇਹ ਕਵਿਤਾ 1962 ਵਿਚ ਚੀਨ ਦੇ ਭਾਰਤ ਉਤੇ ਹਮਲੇ ਨਾਲ ਸੰਬੰਧਿਤ ਹੈ। ਪ੍ਰਸ਼ਨ ਨੰਬਰ 3। ਕਵੀ ਨੇ ਚੀਨੀ ਹਮਲੇ ਵਿਰੁੱਧ ਕਿਸ ਕਿਸ ਨੂੰ ਇਕਮੁੱਠ ਹੋਣ ਲਈ ਕਿਹਾ ਹੈ? ਉੱਤਰ। ਕਵੀ ਨੇ ਚੀਨੀ ਹਮਲੇ ਵਿਰੁੱਧ ਲਿਖਾ ਰਹੀਆਂ ਵਿਦਵਾਨਾਂ ਤੇ ਕਲਾਕਾਰਾਂ ਨੂੰ ਇਕਮੁੱਠ ਹੋਣ ਲਈ ਕਿਹਾ ਹੈ। ਪੰਨਾ ਨੰਬਰ 107। ਪ੍ਰਸ਼ਨ ਨੰਬਰ 4। ਜ਼ਖਮ ਕਵਿਤਾ ਵਿਚ ਪੰਜਾਬੀ ਸਭਿਆਚਾਰਕ ਹਵਾਲੇ ਕਿਹੜੇ ਕਿਹੜੇ ਹਨ? ਉੱਤਰ। ਇਸ ਕਵਿਤਾ ਵਿਚ ਅੱਖ ਚੁਬੀ ਤੇ ਫੂਕਾ ਮਾਰਨਾ, ਜ਼ਖਮ ਉਤੇ ਲੋਗੜ ਬੰਨਣਾ, ਥੋਰ ਦੇ ਦੁੱਧ ਦਾ ਛਿੱਟਾ ਮਾਰਨਾ, ਟੂਣਾ ਕਰਨਾ, ਸਿਹਤ ਦਾ ਤਕਲਾ ਗੱਡਣਾ, ਪੱਤਰ ਵੱਢਣੇ, ਚੌਲ ਖਿਲਾਰਨੇ, ਮੌਲੀ ਬੰਨਣੀ, ਲਹੂ ਦੀ ਗਾਗਰ ਧਰਨੀ, ਸੱਪ ਲੜੇ ਤੇ ਮਾਂਦਰੀ ਨੂੰ ਸੱਦਣਾ, ਦੰਦਲ ਪੈਣ ਜਾਂ ਗਸ਼ ਪੈਣ ਤੇ ਜੋਗੀ ਨੂੰ ਸੱਦਣਾ, ਪੀਰ ਦਾ ਰੋਟ ਸੁੱਖਣਾ, ਪਿੱਪਲ ਨੂੰ ਕੱਚੀਆਂ ਤੰਦਾਂ ਬੰਨਣਾ, ਸੱਪ ਦੀ ਵਰਮੀ ਵਿਚ ਕੱਚੀ ਲੱਸੀ ਪਾਉਣਾ ਆਦਿ ਪੰਜਾਬੀ ਸਭਿਆਚਾਰਕ ਹਵਾਲੇ ਹਨ। ਪ੍ਰਸ਼ਨ ਨੰਬਰ 5। ਅਮਨ ਦੀ ਅੱਖ ਚੁਬਣ ਤੋਂ ਕੀ ਭਾਵ ਹੈ? ਪੀਯੂ 2015। ਉੱਤਰ। ਇਸ ਦਾ ਭਾਵ ਹੈ ਕਿ ਅਮਨ ਭੰਗ ਹੋ ਗਿਆ ਹੈ ਤੇ ਲੜਾਈ ਛਿੜ ਪਈ ਹੈ। ਪ੍ਰਸ਼ਨ ਨੰਬਰ 6। ਕਵੀ ਅਮਨ ਦੀ ਅੱਖ ਚੁਬਣ ਲਈ ਕਿਨ੍ਹਾਂ ਨੂੰ ਫੂਕਾ ਮਾਰਨ ਲਈ ਕਹਿੰਦਾ ਹੈ? ਉੱਤਰ।
ਕਵੀ ਅਮਨ ਦੀ ਅੱਖ ਚੁਬਨ ਉੱਤੇ ਵਿਦਵਾਨਾਂ ਲਿਖਾਰੀਆਂ ਤੇ ਕਲਾਕਾਰਾਂ ਨੂੰ ਫੂਕਾ ਮਾਰਨ ਲਈ ਕਹਿੰਦਾ ਹੈ। ਪ੍ਰਸ਼ਨ ਨੰਬਰ 7, ਕਵੀ ਦੋਸਤੀ ਦੇ ਜ਼ਖਮ ਦਾ ਕੀ ਇਲਾਜ ਕਰਨ ਲਈ ਕਹਿੰਦਾ ਹੈ? ਉੱਤਰ, ਕਵੀ ਦੋਸਤੀ ਦੇ ਜ਼ਖਮ ਉੱਤੇ ਸਮਿਆਂ ਦੀ ਥੋਰ ਦੇ ਦੁੱਧ ਦਾ ਛਿੱਟਾ ਮਾਰ ਕੇ ਉੱਤੇ ਸਾਂਝਾਂ ਦਾ ਲੋਗੜ ਬੰਨਣ ਲਈ ਕਹਿੰਦਾ ਹੈ। ਪ੍ਰਸ਼ਨ ਨੰਬਰ 8, ਤਾਰੀਖ ਨੇ ਟੂਣਾ ਕਿਸ ਤਰ੍ਹਾਂ ਕੀਤਾ ਹੈ? ਉੱਤਰ, ਤਾਰੀਖ ਨੇ ਸਾਡੀ ਧਰਤ ਦੇ ਵਿਹੜੇ ਵਿਚ ਸੇਹ ਦਾ ਤਕਲਾ ਕੱਢ ਕੇ, ਸਾਹਾਂ ਦੇ ਪੱਤੇ ਸੁੱਟ ਕੇ, ਹੱਡੀਆਂ ਦੇ ਚੌਲ ਖਿਲਾਰ ਕੇ, ਨਫ਼ਰਤ ਦੀ ਮੌਲੀ ਬੰਨ ਕੇ ਅਤੇ ਲਹੂ ਦੀ ਭਰੀ ਗਾਗਰ ਰੱਖ ਕੇ ਟੂਣਾ ਕੀਤਾ ਹੈ। ਪ੍ਰਸ਼ਨ ਨੰਬਰ 9, ਕਵੀ ਵਹਿਸ਼ਤ ਦੇ ਸੱਪ ਦੇ ਲੜੇ ਦੇ ਇਲਾਜ ਲਈ ਕੀ ਕਰਨਾ ਚਾਹੁੰਦਾ ਹੈ? ਉੱਤਰ, ਇਸ ਲਈ ਕਵੀ ਇਸ ਦਾ ਇਲਾਜ ਕਰਨ ਲਈ ਕਿਸੇ ਮਾਂਦਰੀ ਜਾਂ ਜੋਗੀ ਨੂੰ ਸੱਦਣ, ਪੀਰ ਦਾ ਰੋਟ ਸੁੱਖਣ, ਪਿਪਲਾਂ ਨੂੰ ਕੱਚੀਆਂ ਤੰਦਾਂ ਬੰਨਣ ਤੇ ਸੱਪ ਦੀ ਵਰਮੀ ਵਿਚ ਕੱਚੀ ਲੱਸੀ ਪਾਉਣ ਲਈ ਕਹਿੰਦਾ ਹੈ। ਪ੍ਰਸ਼ਨ ਨੰਬਰ 10, ਜ਼ਖਮ ਕਵਿਤਾ ਵਿਚ ਕਵੀ ਅਮਨ ਭੰਗ ਹੋਣ ਦੇ ਜ਼ਿੰਮੇਵਾਰ ਕਿਨ੍ਹਾਂ ਨੂੰ ਮੰਨਦਾ ਹੈ? ਉੱਤਰ, ਹਥਿਆਰਾਂ ਦੇ ਵਪਾਰੀਆਂ ਨੂੰ। ਪ੍ਰਸ਼ਨ ਨੰਬਰ 11, ਜ਼ਖਮ ਕਵਿਤਾ ਕਿਸ ਦੀ ਰਚਨਾ ਹੈ? ਉੱਤਰ, ਸ਼ਿਵ ਕੁਮਾਰ। ਪੰਨਾ ਨੰਬਰ 108, ਨੰਬਰ 4, ਤੈਨੂੰ ਦਿਆਂ ਹੰਝੂਆਂ ਦਾ ਪਾੜਾ। ਪ੍ਰਸ਼ਨ ਨੰਬਰ 1, ਹੇਠਾਂ ਲਿਖੇ ਕਾਵ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਉੱਤਰ, ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ ਭੱਠੀ ਵਾਲੀਏ ਚੰਬੇ ਦੀ ਡਾਲੀਏ, ਨੀ ਦੁੱਖਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ। ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ, ਨੀ ਬੇਲਿਆਂ ਚ ਮੁੜਾਈਆਂ ਮੱਝੀਆਂ ਤੇ ਗਾਵਾਂ, ਨੀ ਪਾਇਆ ਚਿੜੀਆਂ ਨੇ ਚੀਖ ਚਿਹਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ। ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ। ਉੱਤਰ ਪ੍ਰਸੰਗ, ਇਹ ਕਾਵ ਟੋਟਾ ਕਾਵ ਸਮੇਲ ਕਾਵ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਵਿਚੋਂ ਲਿਆ ਗਿਆ ਹੈ। ਇਹ ਬਿਰੂਹਾਂ ਦੇ ਦੁੱਖਾਂ ਨਾਲ ਭਰਿਆ ਇਕ ਵਿਸ਼ਾਦ ਭਰਪੂਰ ਗੀਤ ਹੈ। ਇਸ ਵਿਚ ਕਵੀ ਆਪਣੇ ਵਿਛੜ ਚੁੱਕੀ ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਤੇ ਹੋਣੀ ਦੁਆਰਾ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਡਾਢੇ ਵਿਸ਼ਾਦ ਭਰੇ ਭਾਵਾਂ ਵਿਚ ਗੁੰਨ ਕੇ ਪੇਸ਼ ਕਰਦਾ ਹੈ। ਵਿਆਖਿਆ, ਕਵੀ ਕਹਿੰਦਾ ਹੈ, ਹੇ ਭੱਠੀ ਵਾਲੀ ਰੂਪ ਹੋਣੀ, ਦੁੱਖਾਂ ਨਾਲ ਭਰਿਆ ਮੈਂ ਤੈਨੂੰ ਹੰਝੂਆਂ ਦਾ ਪਾੜਾ ਦਿੰਦਾ ਹਾਂ, ਤੂੰ ਮੈਨੂੰ ਮੇਰਾ ਪੀੜਾਂ ਦਾ ਪਰਾਗਾ ਭੁੰਨ ਦੇ, ਅਰਥਾਤ ਮੇਰੀਆਂ ਪੀੜਾਂ ਨੂੰ ਜ਼ਰਾ ਹੋਰ ਤੇਜ਼ ਕਰ ਦੇ। ਤੂੰ ਤਾਂ ਚੰਬੇ ਦੀ ਡਾਲੀ ਵਰਗੀ ਸੋਹਣੀ ਹੈ, ਮੈਂ ਤੈਨੂੰ ਵਾਰ ਵਾਰ ਕਹਿੰਦਾ ਹਾਂ ਕਿ ਤੂੰ ਮੈਨੂੰ ਪੀੜਾਂ ਦਾ ਪਰਾਗਾ ਭੁੰਨ ਦੇ, ਅਰਥਾਤ ਤੂੰ ਮੇਰੇ ਗਮਾਂ ਨੂੰ ਜ਼ਰਾ ਹੋਰ ਕਰਾਰੇ ਕਰ ਦੇ। ਹੇ ਭੱਠੀ ਵਾਲੀ ਰੂਪ ਹੋਣੀ, ਮੈਂ ਪੀੜਾਂ ਵਿਚ ਨਪੀੜ ਹੋ ਕੇ ਮੌਤ ਦੀ ਜਿਸ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹਾਂ, ਮੈਨੂੰ ਉੱਥੇ ਪਹੁੰਚਣ ਵਿਚ ਬਹੁਤ ਦੇਰ ਹੋ ਗਈ ਹੈ। ਦੇਖ, ਸ਼ਾਮ ਪੈ ਰਹੀ ਹੈ ਪਰ ਛਾਵੇਂ ਢਲ ਗਏ ਹਨ, ਚਰਾਗਾਹਾਂ ਵਿਚੋਂ ਮੱਝਾਂ ਤੇ ਗਾਈਆਂ ਘਰਾਂ ਨੂੰ ਮੁੜ ਆਈਆਂ ਹਨ, ਚਿੜੀਆਂ ਨੇ ਚੀਖ ਚਿਹਾੜਾ ਪਾ ਦਿੱਤਾ ਹੈ, ਮੈਂ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਿਆ। ਤੂੰ ਮੇਰਾ ਪੀੜਾਂ ਦਾ ਪਰਾਗਾ ਭੁੰਨ ਦੇ, ਮੈਂ ਤੈਨੂੰ ਆਪਣੇ ਹੰਝੂਆਂ ਦਾ ਪਾੜਾ ਦਿੰਦਾ ਹਾਂ। ਔਖੇ ਸ਼ਬਦਾਂ ਦੇ ਅਰਥ, ਪਾੜਾ ਭੱਠੀ ਵਾਲੀ ਚੁੰਗ ਦੇ ਦਾਣੇ ਭੁੰਨਣ ਸਮੇਂ ਮਿਹਨਤਾਨੇ ਦੇ ਰੂਪ ਵਿਚ ਜੋ ਲੱਪ ਕੋ ਦਾਣੇ ਕੱਢ ਲੈਂਦੀ ਹੈ ਉਸਨੂੰ ਪਾੜਾ ਕਹਿੰਦੇ ਹਨ। ਪੀੜਾਂ ਦੁੱਖਾਂ ਦਰਦਾਂ ਦਾ ਪਰਾਗਾ ਪੂਰ ਕੜਾਈ ਵਿਚ ਭੁੰਨਣ ਲਈ ਇਕ ਵਾਰ ਪਾਏ ਜਾਣ ਵਾਲੇ ਦਾਣੇ। ਪੰਨਾ ਨੰਬਰ 109। ਪ੍ਰਸ਼ਨ ਨੰਬਰ 2, ਹੇਠ ਲਿਖੀ ਕਾਵ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਐਡਾ, ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ, ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ, ਉਸ ਪਿੰਡ ਦਾ ਸੁਣੀ ਦਾ ਰਾਹ ਮਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ। ਉੱਤਰ ਪ੍ਰਸੰਗ, ਇਹ ਕਾਵ ਟੋਟਾ ਕਾਵ ਸਮੇਲ ਕਾਵ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਵਿਚੋਂ ਲਿਆ ਗਿਆ ਹੈ। ਇਹ ਬਿਰਹੋਂ ਦੇ ਦੁੱਖਾਂ ਨਾਲ ਭਰਿਆ ਇਕ ਵਿਸ਼ਾਦ ਭਰਪੂਰ ਗੀਤ ਹੈ। ਇਸ ਵਿਚ ਕਵੀ ਆਪਣੀ ਵਿਛੜ ਚੁੱਕੀ ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਤੇ ਹੋਣੀ ਦੁਆਰਾ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਡਾਢੇ ਵਿਸ਼ਾਦ ਭਰੇ ਭਾਵਾਂ ਵਿਚ ਗੁੰਨ ਕੇ ਪੇਸ਼ ਕਰਦਾ ਹੈ। ਵਿਆਖਿਆ, ਕਵੀ ਕਹਿੰਦਾ ਹੈ, ਹੇ ਭੱਠੀ ਵਾਲੀ ਰੂਪ ਹੋਣੀ, ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਭੁੰਨ, ਮੈਂ ਬਹੁਤ ਦੂਰ ਉੱਥੇ ਜਾਣਾ ਹੈ ਜਿੱਥੇ ਮੇਰੀ ਹਾਨਣ ਚਲੀ ਗਈ ਹੈ। ਦੁਨੀਆਂ ਕਹਿੰਦੀ ਹੈ ਕਿ ਉਸ ਪਿੰਡ ਦਾ ਰਾਹ ਅਰਥਾਤ ਮੌਤ ਦਾ ਰਾਹ ਬਹੁਤ ਮਾੜਾ ਹੈ, ਉਸ ਰਾਹ ਉੱਤੇ ਤੁਰ ਜਾਣਾ ਚੰਗੀ ਗੱਲ ਨਹੀਂ, ਪਰ ਤੂੰ ਮੇਰੀਆਂ ਪੀੜਾਂ ਦਾ ਪਰਾਗਾ ਭੁੰਨ ਦੇ, ਮੈਂ ਤੈਨੂੰ ਹੰਝੂਆਂ ਦਾ ਪਾੜਾ ਦਿੰਦਾ ਹਾਂ, ਮੈਂ ਪੀੜਾਂ ਦਾ ਪਰਾਗਾ ਭੁਨਾ ਕੇ ਛੇਤੀ ਉੱਥੇ ਪਹੁੰਚਣਾ ਚਾਹੁੰਦਾ ਹਾਂ, ਅਰਥਾਤ ਮਰ ਜਾਣਾ ਚਾਹੁੰਦਾ ਹਾਂ। ਔਖੇ ਸ਼ਬਦਾਂ ਦੇ ਅਰਥ, ਹਾਣੀਆਂ ਭਾਵ ਪ੍ਰੇਮਿਕਾ, ਪੂਰ ਬੇੜੀ ਵਿਚ ਇਕ ਵਾਰੀ ਸਵਾਰ ਹੋ ਸਕਣ ਵਾਲੇ ਲੋਕ ਭਾਵ ਪ੍ਰੇਮਿਕਾ ਦੀ ਸਵਾਰੀ। ਪ੍ਰਸ਼ਨ ਨੰਬਰ 3, ਹੇਠਾਂ ਲਿਖੇ ਕਾਵ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਈਡੀ,
ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਕਾਨੂੰ ਪਿੱਲੀ ਹੋ ਗਈ। ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਤੈਨੂੰ ਦਿਆਂ ਹੰਝੂਆਂ ਦਾ ਪਹਾੜਾ, ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਉੱਤਰ ਪ੍ਰਸੰਗ। ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਵਿਚੋਂ ਲਿਆ ਗਿਆ ਹੈ। ਇਹ ਬਿਰਹੋਂ ਦੇ ਦੁੱਖਾਂ ਨਾਲ ਭਰਿਆ ਇਕ ਵਿਸ਼ਾਦ ਭਰਪੂਰ ਗੀਤ ਹੈ। ਇਸ ਵਿਚ ਕਵੀ ਆਪਣੀ ਵਿਛੜ ਚੁੱਕੀ ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਤੇ ਹੋਣੀ ਦੁਆਰਾ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਡਾਢੇ ਵਿਸ਼ਾਦ ਭਰੇ ਭਾਵਾਂ ਵਿਚ ਗੁੰਨ ਕੇ ਪੇਸ਼ ਕਰਦਾ ਹੈ। ਵਿਆਖਿਆ। ਕਵੀ ਕਹਿੰਦਾ ਹੈ, ਹੇ ਭੱਠੀ ਵਾਲੀ ਰੂਪ ਹੋਣੀ, ਜਦੋਂ ਤੇਰੀ ਭੱਠੀ ਉਪਰ ਪੀੜਾਂ ਦੇ ਦਾਣੇ ਬਣਾਉਣ ਦੀ ਮੇਰੀ ਵਾਰੀ ਆਈ ਤਾਂ ਮੈਨੂੰ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਲੱਗਦੀ ਹੈ, ਤੇ ਤੇਰੀ ਭੱਠੀ ਵਿਚ ਅੱਗ ਤੇਜ਼ੀ ਨਾਲ ਨਹੀਂ ਬਲ ਰਹੀ, ਤੇਰੀ ਮਿੱਟੀ ਦੀ ਕੜਾਹੀ ਵੀ ਪਿੱਲੀ ਹੋ ਗਈ ਜਾਪਦੀ ਹੈ, ਤੇਰੀ ਭੱਠੀ ਹੇਠਲੇ ਸੇਕ ਨੂੰ ਵੀ ਕੋਈ ਗੋਲੀ ਵੱਜ ਗਈ ਜਾਪਦੀ ਹੈ। ਮੈਂ ਤੇਰੇ ਅੱਗੇ ਤਰਲੇ ਕਰਦਾ ਹਾਂ ਕਿ ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਨਾਲ ਭੁੰਨ ਦੇ। ਮੈਂ ਤੈਨੂੰ ਹੰਝੂਆਂ ਦਾ ਪਾੜਾ ਦਿੰਦਾ ਹਾਂ, ਮੈਂ ਤੇਰੇ ਵੱਲੋਂ ਕੀਤੀ ਜਾ ਰਹੀ ਦੇਰੀ ਨੂੰ ਸਹਿ ਨਹੀਂ ਸਕਦਾ, ਅਰਥਾਤ ਤੂੰ ਆਪਣੇ ਵੱਲੋਂ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਜ਼ਰਾ ਹੋਰ ਤੇਜ਼ ਕਰ ਤਾਂ ਜੋ ਮੈਂ ਛੇਤੀ ਮਰ ਜਾਵਾਂ। ਔਖੇ ਸ਼ਬਦਾਂ ਦੇ ਅਰਥ ਸਿੱਲੀ ਗਿੱਲੀ, ਪਿੱਲੀ ਕੱਚੀ, ਦੁਗਾੜਾ ਦੁਨਾਲੀ ਬੰਦੂਕ ਦੀ ਗੋਲੀ। ਪੰਨਾ ਨੰਬਰ 110। ਪ੍ਰਸ਼ਨ ਨੰਬਰ 4। ਹੇਠਾਂ ਲਿਖੇ ਕਾਵਿ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਸੱਸਾ। ਲੱਪ ਕੋਏ ਚੁੰਗ ਮੇਰੀ ਮੈਨੂੰ ਪਹਿਲਾਂ ਟੋਰਨੀ, ਕੱਚੇ ਕੱਚੇ ਰੱਖ ਨਾ ਨੀ, ਰਾੜ ਥੋੜੇ ਹੋਰ ਨੀ, ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ, ਨੀ ਪੀੜਾਂ ਦਾ ਪੁਰਾਗਾ ਭੁੰਨ ਦੇ ਭੱਠੀ ਵਾਲੀਏ। ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਉੱਤਰ ਪ੍ਰਸੰਗ। ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਵਿਚੋਂ ਲਿਆ ਗਿਆ ਹੈ। ਇਹ ਬਿਰਹੋਂ ਦੇ ਦੁੱਖਾਂ ਨਾਲ ਭਰਿਆ ਇਕ ਵਿਸ਼ਾਦ ਭਰਪੂਰ ਗੀਤ ਹੈ। ਇਸ ਵਿਚ ਕਵੀ ਆਪਣੀ ਵਿਛੜ ਚੁੱਕੀ ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਤੇ ਹੋਣੀ ਦੁਆਰਾ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਡਾਢੇ ਵਿਸ਼ਾਦ ਭਰੇ ਭਾਵਾਂ ਵਿਚ ਗੁੰਨ ਕੇ ਪੇਸ਼ ਕਰਦਾ ਹੈ। ਵਿਆਖਿਆ। ਕਵੀ ਕਹਿੰਦਾ ਹੈ, ਹੇ ਮੇਰੀ ਭੱਠੀ ਵਾਲੀ ਰੂਪ ਹੋਣੀ, ਮੇਰਾ ਕੰਮ ਬਹੁਤਾ ਨਹੀਂ, ਮੇਰੀ ਚੁੰਗ ਲੱਪ ਕੋ ਦੀ ਹੈ, ਇਸ ਲਈ ਤੂੰ ਪਹਿਲਾਂ ਮੈਨੂੰ ਤੋਰ, ਮੇਰੇ ਪੀੜ ਰੂਪੀ ਦਾਣਿਆਂ ਨੂੰ ਕੱਚੇ ਨਾ ਰੱਖ, ਸਗੋਂ ਥੋੜੇ ਹੋਰ ਕਰਾਰੇ ਕਰ, ਮੈਂ ਮਿੰਨਤਾਂ ਕਰਦਾ ਹਾਂ ਕਿ ਤੂੰ ਪੀੜ ਨੂੰ ਤੇਜ਼ ਕਰਕੇ ਇਸ ਦੁਖੀ ਹੋਏ ਦਿਲ ਦਾ ਪੁਆੜਾ ਹੀ ਮੁਕਾ ਦੇ, ਇਸ ਲਈ ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਨਾਲ ਭੁੰਨ ਦੇ, ਮੈਂ ਤੈਨੂੰ ਹੰਝੂਆਂ ਦਾ ਪਾੜਾ ਦਿੰਦਾ ਹਾਂ। ਔਖੇ ਸ਼ਬਦਾਂ ਦੇ ਅਰਥ ਚੁੰਗ, ਭੱਠੀ ਉੱਤੇ ਦਾਣੇ ਬਣਾਉਣ ਲਈ ਆਇਆ ਬੰਦਾ, ਰਾੜ ਕਰਾਰੇ ਕਰ। ਪ੍ਰਸ਼ਨ ਨੰਬਰ 5। ਹੇਠਾਂ ਲਿਖੇ ਕਾਵਿ ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ। ਹਾਹਾ। ਸੌ ਗਈਆਂ ਹਮਾਵਾਂ ਰੋ ਰੋ ਕਰ ਵਿਰਲਾਪ ਨੀ, ਤਾਰਿਆਂ ਨੂੰ ਚੜ ਗਿਆ ਮੱਠਾ ਮੱਠਾ ਤਾਪ ਨੀ, ਜੰਜ ਸਾਹਾਂ ਦੀ ਦਾ ਰੁੱਸ ਗਿਆ ਲਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਉੱਤਰ ਪ੍ਰਸੰਗ। ਇਹ ਕਾਵਿ ਟੋਟਾ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਵਿਚੋਂ ਲਿਆ ਗਿਆ ਹੈ। ਇਹ ਬਿਰਹੋਂ ਦੇ ਦੁੱਖਾਂ ਨਾਲ ਭਰਿਆ ਇਕ ਵਿਸ਼ਾਦ ਭਰਪੂਰ ਗੀਤ ਹੈ। ਇਸ ਵਿਚ ਕਵੀ ਆਪਣੀ ਵਿਛੜ ਚੁੱਕੀ ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਤੇ ਹੋਣੀ ਦੁਆਰਾ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਡਾਢੇ ਵਿਸ਼ਾਦ ਭਰੇ ਭਾਵਾਂ ਵਿਚ ਗੁੰਨ ਕੇ ਪੇਸ਼ ਕਰਦਾ ਹੈ। ਵਿਆਖਿਆ। ਕਵੀ ਕਹਿੰਦਾ ਹੈ, ਹੇ ਭੱਠੀ ਵਾਲੀ ਰੂਪ ਹੋਣੀ, ਮੈਨੂੰ ਤੇਰੇ ਕੋਲੋਂ ਪੀੜਾਂ ਰੂਪੀ ਦਾਣੇ ਬਣਾਉਣ ਆਇਆ ਬਹੁਤ ਦੇਰ ਹੋ ਗਈ ਹੈ, ਹੁਣ ਤਾਂ ਹਵਾਵਾਂ ਵੀ ਮੇਰੇ ਦੁਖੀ ਦਿਲ ਨੂੰ ਦੇਖ ਕੇ ਵਿਰਲਾਪ ਕਰਦੀਆਂ ਥੱਕ ਕੇ ਸੌ ਗਈਆਂ ਹਨ, ਮੇਰੇ ਦੁੱਖ ਕਾਰਨ ਤਾਰਿਆਂ ਨੂੰ ਮੱਠਾ ਮੱਠਾ ਬੁਖਾਰ ਚੜ ਗਿਆ ਜਾਪਦਾ ਹੈ, ਮੇਰੇ ਸਾਹਾਂ ਦੀ ਜੰਝ ਦਾ ਲਾੜਾ ਵੀ ਗੁੱਸੇ ਹੋ ਗਿਆ ਲੱਗਦਾ ਹੈ, ਫਲਸਰੂਪ ਮੇਰੇ ਸਾਹ ਰੁਕ ਗਏ ਹਨ, ਮੌਤ ਨੇੜੇ ਆ ਗਈ ਹੈ, ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਨਾਲ ਭੁੰਨ, ਮੈਂ ਤੈਨੂੰ ਹੰਝੂਆਂ ਦਾ ਪਾੜਾ ਦਿੰਦਾ ਹਾਂ ਤਾਂ ਜੋ ਮੈਂ ਛੇਤੀ ਮੁੱਕ ਜਾਵਾਂ। ਪੰਨਾ ਨੰਬਰ 111। ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ। ਨੰਬਰ 1। ਤੈਨੂੰ ਦਿਆਂ ਹੰਝੂਆਂ ਦਾ ਪਾੜਾ ਗੀਤ ਦਾ ਅੰਤਰੀ ਭਾਵ ਲਿਖੋ। ਉੱਤਰ। ਉੱਤਰ। ਬਿਰਹੀ ਪ੍ਰੀਤਮ ਵਿਛੜ ਚੁੱਕੀ ਪ੍ਰੇਤਮਿਕਾ ਦੇ ਬਿਰਹੋਂ ਕਾਰਨ ਇੰਨਾ ਦੁਖੀ ਤੇ ਵਿਸ਼ਾਦ ਗ੍ਰਸਤ ਹੁੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਹੋਣੀ ਉਸ ਨੂੰ ਬਿਰਹਾ ਦੀ ਭੱਠੀ ਵਿਚ ਇੰਨਾ ਭੁੰਨੇ ਕਿ ਉਹ ਛੇਤੀ ਮਰ ਜਾਵੇ। ਪ੍ਰਸ਼ਨ ਨੰਬਰ 2। ਕਵੀ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਗੀਤ ਵਿਚ ਭੱਠੀ ਵਾਲੀ ਨੂੰ ਕੀ ਭੁੰਨਣ ਲਈ ਕਹਿੰਦਾ ਹੈ? ਉੱਤਰ। ਪੀੜਾਂ ਦਾ ਪਰਾਗਾ। ਪ੍ਰਸ਼ਨ ਨੰਬਰ 3। ਤੈਨੂੰ ਦਿਆਂ ਹੰਝੂਆਂ ਦਾ ਪਾੜਾ ਗੀਤ ਵਿਚ ਕਿਹੜੇ ਕਿਹੜੇ ਸਭਿਆਚਾਰਕ ਹਵਾਲੇ ਆਏ ਹਨ? ਉੱਤਰ।
ਇਸ ਕਵਿਤਾ ਵਿਚ ਭੱਠੀ ਵਾਲੀ, ਪਰਾਗਾ, ਪਹਾੜਾ, ਸ਼ਾਮ ਵੇਲੇ ਮੱਝੀਆਂ ਗਾਈਆਂ ਦਾ ਬੇਲੇ ਵਿਚੋਂ ਮੁੜਨਾ, ਚਿੜੀਆਂ ਦਾ ਚੀਕ ਚਹਾੜਾ ਪਾਉਣਾ, ਪੂਰ ਪੱਤਿਆਂ ਦੀ ਪੰਡ, ਸਿੱਲੀ ਹੋਈ ਮਿੱਟੀ ਦੀ ਕੜਾਹੀ, ਦੁਗਾੜਾ ਵੱਜਣਾ, ਲੱਪ ਚੁੱਗ ਦਾਣੇ ਰਾੜਨੇ, ਜੰਜ ਲਾੜਾ ਆਦਿ ਸਭਿਆਚਾਰਕ ਹਵਾਲੇ ਹਨ। ਪ੍ਰਸ਼ਨ ਨੰਬਰ 4, ਤੈਨੂੰ ਦਿਆਂ ਹਾਂ ਜੂਆਂ ਦਾ ਪਹਾੜਾ ਗੀਤ ਕਿਸ ਕਵੀ ਦੀ ਰਚਨਾ ਹੈ? ਉੱਤਰ ਸ਼ਿਵ ਕੁਮਾਰ। ਪ੍ਰਸ਼ਨ ਨੰਬਰ 5, ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿਚ ਸ਼ਿਵ ਕੁਮਾਰ ਦੀਆਂ ਜਿੰਨੀਆਂ ਕਵਿਤਾਵਾਂ ਹਨ ਉਨ੍ਹਾਂ ਦੇ ਨਾਂ ਲਿਖੋ। ਉੱਤਰ ਊੜਾ, ਮੇਰੇ ਗੀਤਾਂ ਦੇ ਨੈਣਾ ਵਿਚ, ਐੜਾ, ਅਸਾਂ ਤਾਂ ਜੋਬਨ ਰੁੱਤੇ ਮਰਨਾ, ਈੜੀ, ਜ਼ਖਮ, ਸੱਸਾ, ਤੈਨੂੰ ਦਿਆਂ ਹੰਝੂਆਂ ਦਾ ਪਾੜਾ।